రెడ్డియర్ ਦੇ ਵਿੱਚ ਅੱਜ ਬੈਠੇ ਆਂ ਮੁਕਾਬਲ ਤਨ ਥੋੜਾ ਜਿਹਾ ਛੋਟਾ ਸ਼ਹਿਰ ਹੈ ਪੰਜਾਬੀਆਂ ਦੀ ਵਸੋਂ ਥੋੜੀ ਜਿਹੀ ਘੱਟ ਹੈ ਪਰ ਇਹਦੇ باوجود ਵੀ ਇੱਕ ਮੈਨੂੰ ਲੱਗਦਾ ਕਿ ਬਹੁਤ ਸਨੇਰੀ ਜਿਹਾ ਮੌਕਾ ਇੱਥੇ ਆ ਕੇ ਮਿਲ ਸਕਦਾ రెడ్డిਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਇੱਕ ਚੰਗੀ ਜਗ੍ਹਾ ਆਹੀ ਤੱਕ ਇਹਨੇ ਜੋਬਾਂ ਹੀ ਵਾਦੂ ਨੇ ਸਿਰਫ ਆਹੀ ਘਾਟ ਸੀ ਗੁਰੂ ਕਰਦੀ ਉਹ ਪ੍ਰਮਾਤਮਾ ਨੇ ਪੂਰੀ ਕਰਤੀ ਹੈ ਮੈਂ ਜੇ ਇੱਥੇ ਪ੍ਰੋਗਰਾਮ ਕਰਨਾ ਹੋਵੇ ਇੱਥੇ ਦੋ ਚਾਰ ਦੇ ਨਾਲ ਕੇ ਰਹਿ ਲਵਾਂ ਮੇਰਾ ਗੱਲ ਖਰਾ ਹੋਵੇ ਮਲੱਠੀ ਮਿਲ ਜੂ ਮਲੱਠੀ ਮਿਲ ਜੂਗੀ ਜੀ ਸਾਰਾ ਕੁਝ ਮਿਲ ਜੂ ਜੇ ਕਿਸੇ ਨੂੰ ਐਂ ਲੱਗਦਾ ਨਾ ਕਿ ਸਾਡੇ ਤੋਂ ਭਾਈ ਟ੍ਰਾਂਟੋ ਵਿੱਚ ਘਰ ਨਹੀਂ ਲਿਆ ਹੁੰਦਾ ਵੈਨਕੂਵਰ ਦੇ ਵਿੱਚ ਆ ਹੋ ਗਿਆ ਤੁਸੀਂ ਸਿੱਧੇ ਰੈਡੀਅਰ ਨੂੰ ਆਉਣਾ ਕੈਲਗਰੀ ਦੀ ਟਿਕਟ ਲੈ ਲੈਣੀ 에어ਪੋਰਟ ਵੀ ਹੈਗਾ ਇੱਥੇ ਵੈਸੇ ਲੋਕਲ ਜਾ ਕੇ ਨੇ ਦੱਸਿਆ ਸੀ ਕਿਉਂਕਿ ਆਮ ਤੌਰ ਦੇ ਉੱਤੇ ਜਿਹੜੇ ਬੱਚੇ ਆਉਂਦੇ ਆ ਨਾ ਉਹ ਆਉਂਦੇ ਆ ਕਿ ਅਸੀਂ ਜੀ ਟ੍ਰਾਂਟੋ ਪੜ੍ਹਨਾ ਹੈ ਅਸੀਂ ਵੈਨਕੂਵਰ ਪੜ੍ਹਨਾ ਹੈ ਜਾਂ ਵੱਧ ਤੋਂ ਵੱਧ ਕੈਲਗਰੀ ਤੱਕ ਆਉਂਦੇ ਆ ਰੈਡੀਅਰ ਦਾ ਕਿੱਥੋਂ ਪਤਾ ਲੱਗਾ ਸੀ ਜੀ ਇਹ ਤੇ ਮੈਂ YouTube ਤੇ ਵੀਡੀਓ ਦੇਖ ਰਿਆ ਸੀਗਾ ਇੱਕ ਦਿਨ ਤੇ ਬੈਸਟ ਕਾਲਜਸ ਇਨ ਕੈਨੇਡਾ ਤੇ ਉਹਦੇ ਵਿੱਚ ਰੈਡੀਅਰ ਦਾ ਨਾਮ ਵੀ ਸੀਗਾ ਵੀ ਆਰ ਸੋ ਬlesਟ ਸਾਨੂੰ ਬੜੀ ਖੁਸ਼ੀ ਹੋਈ ਆ ਵੀ ਰੈਡੀਅਰ ਵਿੱਚ ਗੁਰਦੁਆਰਾ ਖੁੱਲ ਗਿਆ ਤੇ ਸਾਡੀ ਟੀਮ ਆਲਰੇਡੀ ਇੱਥੇ ਆ ਗਈ ਆ ਜਦੋਂ ਅਸੀਂ ਨਵੇਂ-ਨਵੇਂ ਆਏ ਸੀ ਸਾਨੂੰ ਕਾਫੀ ਲੋਕ ਕਹਿੰਦੇ ਸੀ ਕਿ ਤੁਸੀਂ ਰੈਡੀਅਰ ਕਿਉਂ ਆਏ ਹੋ ਇੱਥੇ ਤਾਂ ਪੰਜਾਬੀ ਆਉਂਦੇ ਨਹੀਂ ਤੁਸੀਂ ਕਿਉਂ ਆ ਗਏ ਹੋ ਇੱਥੇ ਤਾਂ ਗੁਰਦੁਆਰਾ ਹੈ ਨਹੀਂ ਆ ਸੋ ਮੈਂ ਉਹਨਾਂ ਨੂੰ ਇੱਕ ਚੀਜ਼ ਜ਼ਰੂਰ ਕਹੀ ਸੀ ਉਸ ਦਿਨ ਤੇ ਅੱਜ ਮੈਂ ਬਹੁਤ ਵਧੀਆ ਫੀਲ ਆਈ ਆਮ ਲिटल ਇਮੋਸ਼ਨਲ ਮੈਂ ਉਹਨਾਂ ਨੂੰ ਕਿਹਾ ਸੀ ਵੀ ਮੈਂ ਜਿਸ ডিপਾਰਟਮੈਂਟ 'ਚ ਕੰਮ ਕਰਦੀ ਆ ਮੈਨੂੰ ਲੋਕੀ ਇੰਨੀਆਂ ਅਸੀਸਾਂ ਦੇ ਕੇ ਜਾਂਦੇ ਆ ਜਦੋਂ ਕਿਸੇ ਨੂੰ ਜੌਬ ਮਿਲਦੀ ਆ ਤਾਂ ਮੈਨੂੰ ਲੱਗਦਾ ਹੁੰਦਾ ਮੈਂ ਗੁਰੂ ਘਰ ਦੀ ਸੇਵਾ ਕਰ ਰਹੀ ਆ ਇਹਨੇ ਕਹਿ ਦਿੰਦੇ ਸੀ ਮੈਡਮ ਤੁਸੀਂ ਤਾਂ ਪ੍ਰੋਫੈਸਰ ਸੀ ਪੀਜ਼ੇ ਵਿੱਚ ਹੀ ਜਾਂਦੇ ਹੋ ਚਾਪਤੀ ਲੌਂਗ ਲੈ ਜੀਆਂ ਮਿਲ ਜਾਂਦਾ ਸਾਰਾ ਕੁਝ ਆ ਜਾਂਦਾ ਬੇਟਾ ਸਭ ਕੁਝ ਮਿਲ ਜਾਂਦਾ ਹੈ ਇਹ ਨੀ ਆ ਵੀ ਮਿਲ ਜਾਂਦੀਆਂ ਬਣ ਜਾਂਦਾ ਮੈਂ ਜਾਂਦਾ ਸਰ ਬਾਹਰ ਘੁੰਮਣਾ ਫਿਰਨਾ ਆਉਣਾ ਜਾਣਾ ਸਾਰਾ ਮੈਨੂੰ ਬਿਲਕੁਲ ਠੀਕ ਲੱਗ ਰਿਹਾ ਇਹ ਵੱਡੇ ਸ਼ਹਿਰਾਂ ਦੇ ਵਿੱਚ ਰਹਿ ਕੇ ਕਿਰਾਏ-ਪਾੜੇ ਦੇ ਪੱਖੋਂ ਤੰਗ ਹੋਣ ਦੀ ਜਗ੍ਹਾ ਦੇ ਉੱਤੇ ਇੱਥੇ ਬੇਸਮੈਂਟਾਂ ਵੀ ਸਸਤੀਆਂ ਨੇ ਜੇ ਤੁਸੀਂ ਕਿਰਾਏ ਤੇ ਰਹਿਣਾ ਘਰ ਵੀ ਮੁਕਾਬਲਤਨ ਸਰੀ ਤੇ ਬ੍ਰੈਂਪਟਨ ਦੇ ਮੁਕਾਬਲੇ ਅੱਧੀ ਤੋਂ ਘੱਟ ਕੀਮਤ ਤੇ ਮਿਲਦੇ ਆ ਸਤਿ ਸ੍ਰੀ ਅਕਾਲ ਜੀ ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਮੈਂ ਕੈਨੇਡਾ ਦੇ ਪ੍ਰੋਵਿੰਸ ਜਾਨੀ ਕਿ ਸੂਬੇ ਅਲਬਰਟਾ ਦੇ ਇੱਕ ਸ਼ਹਿਰ ਰੈਡੀਅਰ ਤੋਂ ਇਸ ਵੇਲੇ ਤੁਹਾਡੇ ਨਾਲ ਰੂਬਰੂ ਹਾਂ ਤੇ ਆਸ ਉਮੀਦ ਇਹ ਵੱਜਦੀ ਹੈ ਕਿ ਜਿਵੇਂ ਪਹਿਲਾਂ ਪੰਜਾਬੀਆਂ ਨੇ ਕੈਨੇਡਾ ਦੇ ਬਖਵਕ ਸ਼ਹਿਰਾਂ ਸਰੀ ਹੋ ਗਿਆ ਐਬਸਫੋਰਡ ਹੋ ਗਿਆ ਵੈਨਕੂਵਰ ਹੈ ਬ੍ਰੈਂਪਟਨ ਹੈ ਕੈਲਗਰੀ ਐਡਮਿੰਟਨ ਬਹੁਤ ਸਾਰੇ ਸ਼ਹਿਰ ਨੇ ਜਿੱਥੇ ਪੰਜਾਬੀਆਂ ਦੀ ਕਾਫੀ ਵੱਡੀ ਗਿਣਤੀ ਦੇ ਵਿੱਚ ਇਸ ਵੇਲੇ ਆਬਾਦੀ ਵਸਦੀ ਹੈ ਉੱਥੇ ਪੰਜਾਬੀਆਂ ਦੀਆਂ ਪੂਰੀਆਂ ਲਹਿਰਾਂ ਬੈਰਾ ਨੇ ਕਮਾਕਾਰਾਂ ਦੇ ਪੱਖੋਂ ਵੀ ਰੌਣਕ ਮੇਲੇ ਪੂਰੇ ਨੇ ਗੁਰੂ ਘਰ ਮੰਦਿਰ ਜਿਹੜੇ ਉਹ ਬਣੇ ਹੋਏ ਨੇ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਆ ਪਰ ਜਿਵੇਂ ਜਿਵੇਂ ਪੰਜਾਬ ਤੋਂ ਲੋਕਾਂ ਦੇ ਕੈਨੇਡਾ ਦੇ ਵਿੱਚ ਆਉਣ ਦੀ ਗਿਣਤੀ ਵਧ ਰਹੀ ਹੈ ਨਾਲ ਦੀ ਨਾਲ ਕੁਝ ਨਵੇਂ ਕੈਨੇਡਾ ਦੇ ਸ਼ਹਿਰ ਜਿਹੜੇ ਆ ਉਹ ਹੌਲੀ ਹੌਲੀ ਪੰਜਾਬੀਆਂ ਦੇ ਵਿੱਚ ਪ੍ਰਸਿੱਧੀ ਪ੍ਰਾਪਤ ਕਰਦੇ ਜਾ ਰਿਹਾ ਹੈ ਉਮੀਦ ਇਹ ਪ੍ਰਗਟ ਕੀਤੀ ਜਾ ਰਹੀ ਹੈ ਕਿ ਕੈਲਗਰੀ ਤੇ ਐਡਮਿੰਟਨ ਦੇ ਬਿਲਕੁਲ ਵਿਚਕਾਰ ਜੀਟੀ ਰੋਡ ਦੇ ਉੱਤੇ ਹਾਈਵੇ ਦੇ ਉੱਤੇ ਇਹ ਸ਼ਹਿਰ ਹੈ ਰੈਡੀਅਰ ਜੇ ਤੁਸੀਂ ਐਡਮਿੰਟਨ ਤੋਂ ਆਓ ਤਾਂ ਡੇਢ ਘੰਟਾ ਲੱਗਦਾ ਕੈਲਗਰੀ ਤੋਂ ਐਡਮਿੰਟਨ ਨੂੰ ਜਾਓ ਤਾਂ ਡੇਢ ਘੰਟੇ ਦੇ ਬਾਅਦ ਰੈਡੀਅਰ ਸ਼ਹਿਰ ਜਿਹੜਾ ਆ ਜਾਂਦਾ ਤੇ ਖਾਸੀਅਤ ਇਸ ਸ਼ਹਿਰ ਦੀ ਇਹ ਹੈ ਕਿ ਜਿੱਥੇ ਅੱਜਕੱਲ ਸਰੀ ਤੇ ਬਾਕੀ ਬ੍ਰੈਮਟਨ ਵਰਗੇ ਟੋਰਾਂਟੋ ਵਰਗੇ ਸ਼ਹਿਰ ਕਾਫੀ ਮਹਿੰਗੇ ਹੋ ਚੁੱਕੇ ਆ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਪੱਖ ਤੋਂ ਜਾਂ ਨਵੇਂ ਆਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਪੱਖ ਤੋਂ ਕਿਰਾਏ ਬਹੁਤ ਵੱਧ ਗਏ ਨੇ ਗਰੋਸਰੀ ਕਾਫੀ ਮਹਿੰਗੀ ਹੈ ਘਰ ਲੈਣੇ ਜਿਹੜੇ ਉਹ ਕਾਫੀ ਜ਼ਿਆਦਾ ਔਖੇ ਆ ਤੇ ਇਹ ਜਿਹੜਾ ਸ਼ਹਿਰ ਹੈ 1 ਲੱਖ ਦੀ ਆਬਾਦੀ ਵਾਲਾ ਸ਼ਹਿਰ ਹੈ ਹਾਲਾਂਕਿ ਪੰਜਾਬੀ ਇੱਥੇ ਸਿਰਫ ਕੁਝ ਸੈਂਕੜੇ ਹੀ ਨੇ ਬਹੁਤੇ ਵੱਖ-ਵੱਖ ਭਾਈਚਾਰਿਆਂ ਦੇ ਲੋਕ ਇੱਥੇ ਵਸਦੇ ਆ ਤੇ ਤਕਰੀਬਨ ਸਵਾ 100 ਸਾਲ ਤੋਂ ਵੀ ਵੱਧ ਸਮੇਂ ਦੀ ਇਹਦੀ ਉਮਰ ਹੈ 1894 ਦੇ ਵਿੱਚ ਇਹਨੂੰ ਪਿੰਡ ਦਾ ਦਰਜਾ ਮਿਲਿਆ ਸੀ 1901 ਦੇ ਵਿੱਚ ਇਹਨੂੰ ਇੱਕ ਕਸਬੇ Town ਦੇ ਤੌਰ ਦੇ ਉੱਤੇ ਸਰਕਾਰਾਂ ਨੇ ਮਾਨਤਾ ਦਿੱਤੀ ਤੇ 1913 ਦੇ ਵਿੱਚ ਇਹ ਸ਼ਹਿਰ ਦਾ ਦਰਜਾ ਜਿਹੜਾ ਉਹ ਪ੍ਰਾਪਤ ਕਰ ਗਿਆ ਤੇ ਰੈਡੀਅਰ ਸ਼ਹਿਰ ਦੇ ਨਾਂ ਦੇ ਉੱਤੇ ਰੈਡੀਅਰ ਦਰਿਆ ਦੇ ਨਾਂ ਦੇ ਉੱਤੇ ਇਸ ਸ਼ਹਿਰ ਦਾ ਨਾਮ ਜਿਹੜਾ ਦਿੱਤਾ ਗਿਆ ਤਕਰੀਬਨ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਸਹੂਲਤ ਜਿਹੜੀ ਹੈ ਇਸ ਸ਼ਹਿਰ ਦੇ ਵਿੱਚ ਹੈ ਤੇ ਅਸੀਂ ਆਸ ਤੇ ਉਮੀਦ ਕਰਦੇ ਹਾਂ ਕੇ ਵੱਡੇ ਸ਼ਹਿਰਾਂ ਦੇ ਵਿੱਚ ਰਹਿ ਕੇ ਕਿਰਾਏ ਪਾੜੇ ਦੇ ਪੱਖੋਂ ਤੰਗ ਹੋਣ ਦੀ ਜਗ੍ਹਾ ਦੇ ਉੱਤੇ ਇੱਥੇ ਬੇਸਮੈਂਟਾਂ ਵੀ ਸਸਤੀਆਂ ਨੇ ਜੇ ਤੁਸੀਂ ਕਿਰਾਏ ਤੇ ਰਹਿਣਾ ਘਰ ਵੀ ਮੁਕਾਬਲਤਨ ਸਰੀ ਤੇ ਬ੍ਰੈਂਪਟਨ ਦੇ ਮੁਕਾਬਲੇ ਅੱਧੀ ਤੋਂ ਘੱਟ ਕੀਮਤ ਦੇ ਮਿਲਦੇ ਆ ਸੋ ਇਹਨਾਂ ਸ਼ਹਿਰਾਂ ਦੇ ਵੱਲ ਰੁਖ ਕਰਨਾ ਚਾਹੀਦਾ 1 ਲੱਖ ਦੀ ਆਬਾਦੀ ਤੋਂ ਭਾਵ ਹੈ ਕਿ ਬਹੁਤ ਸਾਰੀਆਂ ਫੈਕਟਰੀਆਂ ਨੇ ਬਹੁਤ ਸਾਰੇ ਉਦਯੋਗ ਨੇ ਉੱਥੇ ਕੰਮ ਧੰਦਾ ਵੀ ਜਿਹੜਾ ਉਹ ਆਸਾਨੀ ਦੇ ਨਾਲ ਮਿਲ ਜਾਂਦਾ ਤੇ ਹੁਣ ਗੁਰੂ ਘਰ ਵੀ ਗੁਰਦੁਆਰਾ ਸਾਹਿਬ ਵੀ ਇਸ ਰੈਡੀਅਰ ਦੇ ਵਿੱਚ ਇੱਥੋਂ ਦੇ ਪੰਜਾਬੀ ਭਾਈਚਾਰੇ ਨੇ ਭਾਵੇਂ ਕਿ ਉਹਨਾਂ ਦੀ ਗਿਣਤੀ ਕੁਝ ਸੈਂਕੜਿਆਂ ਚ ਹੈ ਉਹ ਸ਼ੁਰੂ ਕਰ ਦਿੱਤਾ ਤੇ ਅੱਜ ਆਪਾਂ ਰੈਡੀਅਰ ਦੀਆਂ ਕੁਝ ਖਾਸ ਬਣ ਗਈਆਂ ਤੁਹਾਡੇ ਸਾਹਮਣੇ ਦੱਸਾਂਗੇ ਜ਼ਰੂਰ ਸਤਿ ਸ਼੍ਰੀ ਅਕਾਲ ਜੀ ਜਿਵੇਂ ਮੈਂ ਪਹਿਲਾਂ ਜਾਣਕਾਰੀ ਦਿੱਤੀ ਸੀ ਕਿ ਅਸੀਂ ਅੱਜ ਰੈਡੀਅਰ ਸ਼ਹਿਰ ਦੇ ਵਿੱਚ ਹਾਂ ਕਿਉਂਕਿ ਕੈਨੇਡਾ ਦੇ ਬਹੁਤ ਸਾਰੇ ਖੂਬਸੂਰਤ ਸ਼ਹਿਰਾਂ ਦੇ ਵਿੱਚ ਪੰਜਾਬੀਆਂ ਨੇ ਖੂਬਸੂਰਤ ਤਰੱਕੀਆਂ ਕੀਤੀਆਂ ਪਰ ਜਿੱਦਾਂ ਜਿੱਦਾਂ ਭਾਈਚਾਰੇ ਦੀ ਗਿਣਤੀ ਵੱਧ ਰਹੀ ਹੈ ਨਵੇਂ ਸ਼ਹਿਰ ਨਵੇਂ ਪਿੰਡ ਨਵੇਂ ਇਲਾਕੇ ਉਹਨਾਂ ਦੇ ਵੱਲ ਪੈਰ ਧਰਾਵਾ ਕੀਤਾ ਜਾ ਰਿਹਾ ਰੈਡੀਅਰ ਸ਼ਹਿਰ ਜਿਵੇਂ ਮੈਂ ਦੱਸਿਆ ਸੀ ਕਿ 1 ਲੱਖ ਦੀ ਆਬਾਦੀ 1894 ਦੇ ਵਿੱਚ ਇਹਨੂੰ ਪਿੰਡ ਦਾ ਦਰਜਾ ਮਿਲਦਾ ਹੈ 1901 ਦੇ ਵਿੱਚ ਇਹਨੂੰ ਇੱਕ ਕਸਬੇ ਦਾ ਦਰਜਾ ਮਿਲਦਾ ਤੇ ਉਹਦੇ ਤੋਂ ਬਾਅਦ 1913 ਦੇ ਵਿੱਚ ਰੈਡੀਅਰ ਦਰਿਆ ਦੇ ਕਿਨਾਰੇ ਤੇ ਵਸੇ ਹੋਏ ਇਸ ਕਸਬੇ ਨੂੰ ਸ਼ਹਿਰ ਦਾ ਦਰਜਾ ਜਿਹੜਾ ਦਿੱਤਾ ਜਾਂਦਾ 100 ਤੇ 10 ਸਾਲ ਪਹਿਲਾਂ 110 ਸਾਲ ਪੁਰਾਣਾ ਇਤਿਹਾਸ ਹੈ ਸੈਂਕੜੇ ਪੰਜਾਬੀ ਇਸ ਸ਼ਹਿਰ ਦੇ ਵਿੱਚ ਵੱਸਦੇ ਨੇ ਘਰਾਂ ਦਾ ਰੌਲਾ ਬਹੁਤ ਵੱਡਾ ਹੁੰਦਾ ਕਿ ਘਰ ਅਫੋਰਡ ਨਹੀਂ ਹੁੰਦਾ ਅੱਜਕੱਲ ਤੁਸੀਂ ਸਰੀ ਚਲੇ ਜਾਓ ਐਬਸਫੋਰਡ ਚਲੇ ਜਾਓ ਇਧਰਲੇ ਪਾਸੇ ਟ੍ਰਾਂਟੋ ਚਲੇ ਜਾਓ ਬ੍ਰੈਮਟਨ ਚਲੇ ਜਾਓ ਘਰਾਂ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਕਿ ਘਰ ਦੇ ਤਿੰਨ ਤਿੰਨ ਜੀ ਵੀ ਕੰਮ ਕਰਦੇ ਆ ਤਾਂ ਵੀ ਮਾਰਗੇਜ ਅਪਰੂਵ ਕਰਾਉਣੀ ਔਖੀ ਹੋ ਜਾਂਦੀ ਹੈ ਸਾਡੇ ਨਾਲ ਨੌਜਵਾਨ ਅਰਪਿਤ ਸ਼ਰਮਾ ਹੋਰੀ ਨੇ ਥੋੜੇ ਸਾਲ ਪਹਿਲਾਂ ਸਟੱਡੀ ਵੀਜ਼ੇ ਦੇ ਉੱਤੇ ਇੱਥੇ ਆਏ ਪੜ੍ਹਾਈ ਮੁਕੰਮਲ ਕੀਤੀ ਤੇ ਅੱਜ ਕੱਲ ਰੀਅਲ ਸਟੇਟ ਦਾ ਕੰਮ ਕਰਦੇ ਆ ਘਰਾਂ ਦੀ ਖਰੀਦ ਵੇਚ ਜਿਹੜੀ ਐ ਉਹਦਾ ਕੰਮ ਕਰ ਕਰਦੇ ਆ ਇੱਕ ਤਾਂ ਵਿਦਿਆਰਥੀ ਤੋਂ ਇੱਥੇ ਤੱਕ ਦੀ ਤਰੱਕੀ ਤੇ ਦੂਸਰਾ ਰੈਡੀਅਰ ਦੇ ਵਿੱਚ ਘਰ ਲੈਣਾ ਕਿੰਨਾ ਕੁ ਸੁਖਾਲਾ ਕਿੰਨਾ ਕੌਖਾ ਕੀਮਤਾਂ ਕਿੱਥੇ ਇੱਕ ਖੜੀਆਂ ਉਹ ਸਾਰੇ ਕੁਝ ਪਤਾ ਕਰਨਾ ਸ਼ਰਮਾ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ਰਮਾ ਸਾਹਿਬ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਨਿੱਕੇ ਨਿੱਕੇ ਤਿੰਨ ਚਾਰ ਸਵਾਲ ਪੁੱਛਣੇ ਆ ਕਿਹੜੇ ਸਾਲ ਆਏ ਸੀ ਸਟੱਡੀ ਕੰਪਲੀਟ ਕਦ ਮੈਂ 2019 ਦਸੰਬਰ ਚ ਆਇਆ ਸੀ ਤੇ 2021 ਦੀ ਦਸੰਬਰ ਚ ਮੇਰੀ ਸਟੱਡੀ ਕੰਪਲੀਟ ਹੋਈ ਸੀ ਤੇ 2022 ਚ ਮੈਂ ਆਪਣਾ ਰੀਅਲ ਏਸਟੇਟ ਦਾ ਲਾਇਸੈਂਸ ਲੈ ਲਿਆ ਸੀ ਤੇ ਮੈਂ ਉਹ ਸ਼ੁਰੂ ਕਰਤਾ ਸੀ ਨਵੰਬਰ ਚ ਲੋ ਜੀ ਮੈਂ ਸਭ ਤੋਂ ਪਹਿਲਾਂ ਜਿੰਨੇ ਹਜ਼ਾਰਾਂ ਪੰਜਾਬੀ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਦੀ ਧਰਤੀ ਤੇ ਆਉਂਦੇ ਆ ਕਿ ਤੁਸੀਂ ਆਣ ਕੇ ਪੜ੍ਹਾਈ ਮੁਕੰਮਲ ਕਰਕੇ ਨਾਲ ਦੀ ਨਾਲ ਕੋਈ ਕਾਰੋਬਾਰ ਸ਼ੁਰੂ ਕਰ ਸਕਦੇ ਆ ਪਰ ਤੁਹਾਡੀ ਨਿਗਾ ਟਿੱਕੀ ਹੋਣੀ ਚਾਹੀਦੀ ਹੈ ਉਧਰ ਕਿ ਪਈ ਅਸੀਂ ਕਰਨਾ ਕੀ ਹੈ ਪਹਿਲਾਂ ਮਿਹਨਤਾਂ ਕਰੋ ਪੜ੍ਹਾਈ ਮੁਕੰਮਲ ਕਰੋ ਆਸੇ ਪਾਸੇ ਵੱਲ ਧਿਆਨ ਜਿਹੜਾ ਉਹ ਮਹਿੰਗੀ ਵੱਡੀ ਗੱਡੀ ਵੱਲ ਦੇਣ ਦੀ ਕੋਈ ਲੋੜ ਨਹੀਂ ਜਦੋਂ ਕਾਰੋਬਾਰ ਸਟਾਰਟ ਕਰ ਲੈ ਭਾਵੇਂ ਦੁਨੀਆ ਦੀ ਬਿਹਤਰੀਨ ਗੱਡੀ ਲਾਓ ਤੇ ਤੁਹਾਡੇ ਸਾਹਮਣੇ ਅਰਪਿਤ ਸ਼ਰਮਾ ਹੋਰੀ ਇੱਕ ਬਹੁਤ ਵਧੀਆ ਉਦਾਹਰਣ ਹੈ ਅਰਪਿਤ ਜੀ ਕਿੱਥੇ ਪੜ੍ਹਾਈ ਕਿੱਥੇ ਕੀਤੀ ਤੁਸੀਂ ਪੜ੍ਹਾਈ ਮੈਂ ਪਈ ਇੱਥੇ ਕਿਤੇ ਰੈਡੀਅਰ ਪੋਲੀਟੈਕਨਿਕ ਤੁਹਾਨੂੰ ਕਿੰਨੇ ਦੱਸਿਆ ਸੀ ਕਿਉਂਕਿ ਆਮ ਤੌਰ ਦੇ ਉੱਤੇ ਜਿਹੜੇ ਬੱਚੇ ਆਉਂਦੇ ਆ ਨਾ ਉਹ ਆਉਂਦੇ ਆ ਕਿ ਅਸੀਂ ਜੀ ਟੋਰਾਂਟੋ ਪੜ੍ਹਨਾ ਹੈ ਅਸੀਂ ਵੈਨਕੂਵਰ ਪੜ੍ਹਨਾ ਹੈ ਜਾਂ ਵੱਧ ਤੋਂ ਵੱਧ ਕੈਲਗਰੀ ਤੱਕ ਆਉਂਦੇ ਆ ਰੈਡੀਅਰ ਦਾ ਕਿੱਥੋਂ ਪਤਾ ਲੱਗਾ ਸੀ ਜੀ ਇਹ ਤੇ ਮੈਂ YouTube ਤੇ ਵੀਡੀਓ ਦੇਖ ਰਿਹਾ ਸੀਗਾ ਇੱਕ ਦਿਨ ਤੇ ਬੈਸਟ ਕਾਲਜਸ ਇਨ ਕੈਨੇਡਾ ਤੇ ਉਹਦੇ ਵਿੱਚ ਰੈਡੀਅਰ ਦਾ ਨਾਮ ਵੀ ਸੀਗਾ ਠੀਕ ਆ ਜੀ ਤੇ ਫਿਰ ਮੈਂ ਟੋਰਾਂਟੋ ਤੇ ਵੈਨਕੂਵਰ ਹਾਲ ਜਾਣਾ ਨਹੀਂ ਚਾਹੁੰਦਾ ਸੀਗਾ ਕਿਉਂਕਿ ਉੱਥੇ ਬਹੁਤ ਜ਼ਿਆਦਾ ਪੀੜ ਹੈ ਤੇ ਮੈਂ ਫਿਰ ਸੋਚਿਆ ਕਿ ਰੈਡੀਅਰ ਇੱਥੇ ਕਿਉਂ ਨਾ ਜਾਇਆ ਜਾਏ ਠੀਕ ਹੈ ਮੈਂ ਅੰਮ੍ਰਿਤ ਲੋ ਜੀ ਪਿੰਡ ਮੇਰਾ ਮੇਤਾ ਚੌਕ ਮੈਂ ਤਾਂ ਚੌਕ ਅੰਮ੍ਰਿਤਸਰ ਦਾ ਗੱਭਰੂ ਤੇ ਜਦੋਂ ਪੰਜਾਬ ਦੇ ਵਿੱਚੋਂ ਸਰਚ ਕਰਦਾ YouTube ਦੇ ਉੱਤੇ ਸਾਰਾ ਕੁਝ ਦੇਖਦਾ ਤੇ ਉੱਥੋਂ ਫਿਰ ਪਤਾ ਲੱਗਦਾ ਕਿ ਭਾਈ ਰੈਡੀਅਰ ਵਧੀਆ ਹਾਲਾਂਕਿ ਪੰਜਾਬੀ ਬਹੁਤ ਘੱਟ ਸੀ ਗੁਰੂ ਘਰ ਵੀ ਨਹੀਂ ਸੀ ਇੱਥੇ ਉਦੋਂ ਮੰਦਿਰ ਵੀ ਨਹੀਂ ਸੀ ਇੱਥੇ ਪਰ ਇੱਥੇ ਆਣ ਕੇ ਤੁਸੀਂ ਦੇਖੋ ਪੜ੍ਹਾਈ ਮੁਕੰਮਲ ਹੋ ਗਈ ਹੈ ਉਹਦੇ ਤੋਂ ਅੱਧ ਰੀਅਲ ਸਟੇਟ ਦਾ ਲਾਇਸੈਂਸ ਜਿਹੜਾ ਮਿਲ ਗਿਆ ਤੇ ਮੇਰੇ ਨਾਲ ਸੰਦੀਪ ਸਿੰਘ ਬਾਠੋੜੀ ਵੀ ਨੇ ਉਹਨਾਂ ਤੋਂ ਵੀ ਕੁਝ ਗੱਲਾਂ ਬਾਤਾਂ ਪੁੱਛਣੀਆਂ ਹੈ ਕਿ ਭਾਈ ਇੱਥੇ ਦਾ ਰਹਿਣ ਸਹਿਣ ਕਿਦਾਂ ਦਾ ਸ਼ਰਮਾ ਸਾਹਿਬ ਹੁਣ ਤੁਸੀਂ ਮੈਨੂੰ ਇਹ ਦੱਸਿਓ ਕਿ ਜਦੋਂ ਅਸੀਂ ਸ ਮਿਲੀਅਨ ਤੋਂ ਥੱਲੇ ਹੱਥ ਨਹੀਂ ਪੈਂਦਾ ਬ੍ਰੈਮਟਨ ਦੇ ਵਿੱਚ ਵੀ ਇਹੀ ਹਾਲਾਤ ਨੇ ਰੈਡੀਅਰ ਦੇ ਵਿੱਚ ਆਣ ਕੇ ਜੇ ਕਿਸੇ ਨੇ ਆਪਣਾ ਘਰ ਖਰੀਦਣ ਦੀ ਕੋਸ਼ਿਸ਼ ਕਰਨੀ ਹੈ ਠੀਕ ਠਾਕ ਤਨਖਾਹ ਤਾਂ ਸੰਭਵ ਹੈ ਕਿੱਥੇ ਕਿੱਥੇ ਕੀਮਤਾਂ ਖੜੀਆਂ ਭਾਈ ਅਗਰ ਤੁਸੀਂ ਦੇਖੋ ਜਿਹੜੇ ਪਿਛਲੇ ਸਟੈਟਿਸਟਿਕਸ ਆਏ ਹੈ ਉੱਤੇ ਰੈਡੀਅਰ ਇਸ ਇਨ ਦਾ ਟੋਪ 5 ਮੋਸਟ ਅਫੋਰਡੇਬਲ ਪਲੇਸਸ ਇਨ ਕੈਨੇਡਾ ਟੂ ਲਿਵ ਤੇ ਇੱਥੇ ਤੁਸੀਂ ਅਗਰ 3-4 ਦੇ ਵਿੱਚ ਦੇਖੋਗੇ ਤੁਹਾਨੂੰ ਡਬਲ ਫਰੰਟ ਗਰਾਜ ਕਾਰ ਮਿਲ ਜਾਏਗਾ ਕੋਹਿੰਦਰਾ ਸਕੁਅਰ ਫੀਟ ਤੁਹਾਨੂੰ ਲਿਵਿੰਗ ਸਪੇਸ ਮਿਲ ਜੀ ਹਾਂਜੀ 3 ਦੇ 4 ਦੇ ਵਿੱਚ ਹਾਂਜੀ ਅਗਰ ਆਪਾ ਦੇਖੀਏ 2020 ਦੇ ਵਿੱਚ ਉਹ ਕਹ ਰਿਹਾ ਅਗਰ ਨਵੇਂ ਘਰ ਨਵੇਂ ਘਰ ਨੂੰ ਕੰਸਟਰਕਸ਼ਨ ਦੀ ਕੋਸਟ ਵਧਦੀ ਹੈ ਤੇ ਪ੍ਰੀਮੀਅਮ ਲੇਬਰ ਵੀ ਪੇ ਕਰਨੀ ਪੈ ਰਹੀ ਕਿ 30000 ਆਪਣਾ ਟ੍ਰੇਡ ਸ਼ੋਰਟੇਜ ਹੈ ਅਲਬਰਟਾ ਜਿਸ ਵੇਲੇ ਤੇ ਅਗਰ ਨਵਾਂ ਘਰ ਹੈ ਨਵਾਂ ਘਰ ਵੀ ਤੁਹਾਨੂੰ 4 ਦੇ 5 ਦੇ ਵਿੱਚ ਵਧੀਆ ਘਰ ਮਿਲ ਜੇਗਾ ਕੋਸਟ ਕਾਉਂਟਰ ਟੌਪਸ ਤੇ ਲਾਈਕ ਵਧੀਆ ਬਿਲਡ ਕੁਆਲਿਟੀ ਵਿਦ ਫਰੰਟ ਗਰਾਜ ਡਬਲ ਫਰੰਟ ਗਰਾਜ ਹੀਟਿਡ ਗਰਾਜ ਉਹ ਸਭ ਤੁਹਾਨੂੰ ਮਿਲ ਸਕਦਾ ਜੀ ਇੱਥੇ ਲੋ ਜੀ ਜੇ ਤੁਸੀਂ 5 ਕ ਲੱਖ ਨੂੰ ਹੱਥ ਪਾਉਨੇ ਹੋ ਤੇ ਆਪਾਂ ਨੂੰ ਮੈਨੂੰ ਲੱਗਦਾ ਕਿ ਉਧਰਲੇ ਪਾਸੇ ਟਾਊਨ ਹਾਊਸ ਵਾਲੇ ਵੀ ਨੇੜੇ ਨਹੀਂ ਖੜ੍ਹਣ ਦਿੰਦੇ ਆਪਾਂ ਅਪਾਰਟਮੈਂਟ ਤੱਕ ਜਿਹੜਾ ਉਹ ਰਹਿ ਜੰਨੇ ਆ ਖੂਬਸੂਰਤ ਇਲਾਕਾ ਤੁਹਾਨੂੰ ਫੁਟੇਜ ਅਸੀਂ ਬਹੁਤ ਸਾਰੀ ਜਿਹੜੀ ਦਿਖਾਈ ਹੈ ਸੋ 4 ਕ ਲੱਖ ਦੇ ਵਿੱਚ ਵਿੱਚ ਤੁਸੀਂ ਘਰ ਦੇ ਮਾਲਕ ਬਣ ਸਕਦੇ ਹੋ ਜਾਨੀ ਘਰ ਲੈਣਾ ਸੰਭਵ ਹੈ ਕੈਨੇਡਾ ਦੇ ਵਿੱਚ ਇਹ ਨਹੀਂ ਕਿ ਘਰਾਂ ਦੀਆਂ ਕੀਮਤਾਂ ਨੂੰ ਅੱਗ ਲੱਗ ਗਈ ਪਰ ਸਾਨੂੰ ਥੋੜਾ ਜਿਹਾ ਮੁੱਖ ਸ਼ਹਿਰਾਂ ਤੋਂ ਬਾਹਰਲੇ ਪਾਸੇ ਨਿਕਲਣਾ ਪਊਗਾ ਅਰਪੇ ਜੀ ਇੱਕ ਸਿਰੇ ਦਾ ਸਵਾਲ ਇੱਕ ਅੱਜ ਅੰਤਰਰਾਸ਼ਟਰੀ ਵਿਦਿਆਰਥੀ ਪੰਜਾਬ ਤੋਂ ਉੱਠ ਕੇ ਜਿਉ ਰੈਡੀਅਰ ਦੇ ਕਿਸੇ ਕਾਲਜ ਦੀ ਚੋਣ ਕਰਦਾ ਉਹ ਆਮ ਤੌਰ ਤੇ ਹੁੰਦਾ ਉੱਥੇ ਪਤਾ ਨਹੀਂ ਕੁਝ ਖਾਣ ਨੂੰ ਮਿਲਣਾ ਕਿ ਨਹੀਂ ਮਿਲਣਾ ਉੱਥੇ ਕੋਈ ਪੰਜਾਬੀ ਚੀਜ਼ ਮਿਲਣੀ ਉੱਥੇ ਦਾਲ ਅਸੀਂ ਕਿੱਥੋਂ ਖਰੀਦਾਂਗੇ ਭਾਈਚਾਰਾ ਉੱਥੇ ਹੈਗਾ ਕਿ ਨਹੀਂ ਹੈਗਾ ਰੈਡੀਅਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਇੱਕ ਚੰਗੀ ਜਗ੍ਹਾ ਇਹ ਹੁਣ ਦੇਖਿਆ ਜਾਵੇ ਤੇ ਬਹੁਤ ਚੰਗੀ ਜਗ੍ਹਾ ਜਿਦਾ ਗੁਰਦੁਆਰਾ ਸਾਹਿਬ ਆ ਗਿਆ ਨੇ ਗੁਰੂ ਘਰ ਆ ਗਿਆ ਹੁਣ ਆਪਣੇ ਇੰਡੀਅਨ ਰੈਸਟੋਰੈਂਟ ਬੜੇ ਖੁੱਲ ਗਏ ਨੇ ਜਦੋਂ ਮੈਂ ਕਾਲਜ ਜਾਂਦਾ ਹੀਗਾ ਉਦੋਂ ਮੈਨੂੰ ਇੱਕਿਆਂ ਦੋਵਾਰਤੀ ਮਿਲਦਾ ਸੀ ਜੋ ਰੈਡੀਅਰ ਕਾਲਜ ਦੇ ਵਿੱਚ ਹੁੰਦਾ ਸੀ ਤੇ ਹੁਣ ਤੁਸੀਂ ਜਾਓਗੇ ਹੁਣ ਤੁਹਾਨੂੰ ਸੋ ਹੀ ਮਿਲਨੇ ਆ ਉੱਥੇ ਜਿਹੜੇ ਰੇਡੀਓ ਕਾਲਜ ਪੜ੍ਹ ਰਹੇ ਤੇ ਰੇਡੀਓ ਕਾਲਜ ਵਿਦਿਆਰਥੀ ਤੱਦੇ ਆ ਰਹੇ ਕਿਉਂਕਿ ਉਹਨਾਂ ਨੂੰ ਦਿਸ ਰਿਹਾ ਇੱਥੇ ਕਿ ਹਾਂ ਬਈ ਖਾਣ ਪੀਣ ਦਾ ਤੁਹਾਡਾ ਵਧੀਆ ਹੋਏਗਾ ਰਹਿਣ ਸਹਣ ਦਾ ਤੁਹਾਡਾ ਵਧੀਆ ਹੋਏਗਾ ਹੁਣ ਜਿੱਦਾਂ ਗੁਰੂ ਘਰ ਖੋਲਿਆ ਇਸ ਕੋ ਹੋਰ ਵਿਦਿਆਰਥੀ ਲਿਆਣਗੇ ਹਾਂਜੀ ਮੈਨੂੰ ਇੱਕ ਚੀਜ਼ ਹੋਰ ਜ਼ਰੂਰ ਦੱਸਿਓ ਕਿ ਬੇਸਮੈਂਟ ਜਿਹੜੀ ਆ ਨਾ ਜੇ ਸਰੀ ਦੇ ਵਿੱਚ ਆਪਾਂ ਡਬਲ ਕਮਰੇ ਵਾਲੀ ਦੋ ਬੈਡਰੂਮ ਬੇਸਮੈਂਟ ਲੈਣੀ ਹੋਵੇ ਤਾਂ 1800 ਦੀ ਮਿਲਦੀ ਆ 1600 ਦੀ ਮੇਰਾ ਖਿਆਲ ਬ੍ਰੈਮਟਨ ਦੇ ਵਿੱਚ ਵੀ ਇਹੀ ਹਾਲਾਤ ਹੋਣਗੇ ਆਪਾਂ ਕੈਲਗਰੀ ਦੇ ਵਿੱਚ ਦੇਖ ਲਈਏ 12-1300 ਤੋਂ ਘੱਟ ਨਹੀਂ ਇੱਥੇ ਬੇਸਮੈਂਟ ਕਿਉਂਕਿ ਜੇ ਬੱਚਾ ਕੋ ਆਊਗਾ ਤਾਂ ਕਿਰਾਏ ਤੇ ਰਹਿਣਾ ਕੀ ਹਾਲਾਤ ਨੇ ਇੱਥੇ ਵੀ ਤੁਹਾਨੂੰ ਭਈ ਜਿੱਦਾਂ ਤੇ ਇੱਥੇ ਕਮਰੇ ਮਿਲਦੇ ਨੇ ਅਗਰ ਤੋਂ ਇਹ ਬੇਸਮੈਂਟ ਵੀ ਲੈਣੀ ਮੈਨੂੰ ਲੱਗਦਾ ਇੱਥੇ 1100-1100 ਚ ਬੇਸਮੈਂਟ ਮਿਲ ਜਾਂਦੀ ਹੈ ਦੋ ਕਮਰੇ ਦੋ ਕਮਰੇ ਵਾਲੀ ਹੈ ਹਾਂਜੀ ਚਾਰ ਜਣੇ ਰਹਿ ਲੈਣਗੇ ਤਾਂ ਫਿਰ ਥੋੜਾ ਥੋੜਾ ਜਾਊਗਾ ਉਹ ਹਾਂ ਚਾਰ ਜਣੇ ਰਹਿ ਲੈਣਗੇ ਭਾਵੇਂ ਜ਼ਿਆਦਾ ਵੀ ਰਹਿ ਲੈਣਗੇ ਕਿਉਂਕਿ ਬੇਸਮੈਂਟ ਬਹੁਤ ਵੱਡੀਆਂ ਇੱਥੇ ਕਿਉਂਕਿ ਉੱਥੇ ਜਿੱਦਾਂ ਬੇਸਮੈਂਟ ਅਗਰ ਤੁਸੀਂ ਟਾਊਨ ਹਾਊਸ ਦੇ ਦੇਖੋਗੇ ਤਾਂ ਛੋਟੀ ਬੇਸਮੈਂਟ ਹੁੰਦੀ ਹੈ ਇੱਥੇ ਘਰ ਦੀ ਲਿਵਿੰਗ ਸਪੇਸ ਜ਼ਿਆਦਾ ਹੈ ਤੇ ਬੇਸਮੈਂਟ ਵੱਡੀਆਂ ਤੇ ਦੋ ਤੋਂ ਚਾਰ ਤੋਂ ਜ਼ਿਆਦਾ ਵੀ ਰਹਿ ਸਕਦੇ ਤੁਸੀਂ ਇੱਥੇ ਉੱਥੇ ਹਾਂਜੀ ਹਾਂਜੀ ਇਹ ਕਾਲਜ ਇਥੇ ਇੱਕੋ ਹੀ ਕਾਲਜ ਹੈ ਜਿੱਥੇ ਤੁਸੀਂ ਪੜ੍ਹੇ ਜਾਂ ਕਿੰਨੇ ਇੱਕ ਕਾਲਜ ਨੇ ਜੇ ਆਪਣੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਸਰਚ ਕਰਨਾ ਹੋਵੇ ਕਿ ਭਾਈ ਉੱਥੇ ਜਾ ਕੇ ਮੈਂ ਰਹਿਣਾ ਹੈ ਖਰਚਾ ਖਰਚਾ ਆਮ ਨਾਲੋਂ ਘੱਟ ਹੁੰਦਾ ਕਿੰਨੇ ਕਾਲਜ ਨੇ ਰੈਡੀਆ ਇੱਥੇ ਭਾਈ ਮੇਨ ਤੇ ਇੱਕੋ ਹੀ ਕਾਲਜ ਹੈ ਆਪਣਾ ਰੈਡੀਆ ਪੋਲੀਟੈਕ ਉਹ ਵੀ ਪੋਲੀਟੈਕ ਹੋਣੇ ਬਣਿਆ ਪਹਿਲਾਂ ਜਦੋਂ ਮੈਂ ਇਹੋ ਦਾ ਕਾਲਜ ਸੀਗਾ ਜੀ ਤੇ ਦੂਜਾ ਇੱਕ ਸੀਗਾ ਇੱਥੇ ਕਾਲਜ ਉਹ ਬੰਦ ਹੋ ਗਿਆ ਸੀੜੀਆ ਉਹ ਕਾਲਜ ਸੀਗਾ ਉਹ ਬੰਦ ਹੋ ਗਿਆ ਤੇ ਹੁਣ ਆਈ ਥਿੰਕ ਇੱਥੇ ਤੇ ਮੇਨ ਇੱਕੋ ਹੀ ਕਾਲਜ ਹੈ ਰੈਡੀਆ ਕਾਲਜ ਵਿਦਿਆਰਥੀਆਂ ਨੂੰ ਜਾਂਦੇ ਜਾਂਦੇ ਸੁਨੇਹਾ ਤੁਸੀਂ ਪੜ੍ਹਾਈ ਮੁਕੰਮਲ ਕਰ ਲਈ ਥੋੜੇ ਜਿਹੇ ਬੱਚੇ ਹੁੰਦੇ ਜਿਹੜੇ ਆ ਕੇ ਕਰਾਏ ਪੈ ਜਾਂਦੇ ਆ ਕਿਸੇ ਹੋਰ ਪਾਸੇ ਨੂੰ ਲੱਗ ਜਾਂਦੇ ਆ ਜੇ ਮਿਹਨਤ ਕਰਨ ਤਾਂ ਕੈਨੇਡਾ ਬੁੱਕਲ ਚ ਲੈ ਜਾਂਦਾ ਮਿਹਨਤ ਕਰਨ ਤੇ ਕੈਨੇਡਾ ਲੈ ਜਾਂਦਾ ਬੁੱਕਲ ਚ ਭਾਈ ਬੁੱਕਲ ਚ ਕੈਨੇਡਾ ਬਹੁਤ ਦਿੰਦਾ ਠੀਕ ਹੈ ਜੀ ਮਿਹਨਤ ਦਾ ਫਲ ਤੇ ਰੱਬ ਵੀ ਦਿੰਦਾ ਹੈ ਤੇ ਕੈਨੇਡਾ ਵੀ ਦਿੰਦਾ ਠੀਕ ਹੈ ਜੀ ਮਿਹਨਤ ਹਾਂ ਜੀ ਬਿਲਕੁਲ ਭਾਈ ਹੁਣ ਜਿੱਦਾਂ ਮੈਂ ਆਇਆ ਹਾਂ ਤੇ ਮੈਂ 2 ਸਾਲ ਨਹੀਂ ਆਪਣੀ ਗੱਡੀ ਲਈ ਸੀ ਮੈਂ ਬੱਸੇ ਟ੍ਰੈਵਲ ਕੀਤਾ ਜਦੋਂ ਤਾ ਮੇਰੀ ਪੜਾਈ ਨਹੀਂ ਖਤਮ ਹੋਈ ਕਿਉਂਕਿ ਮੈਨੂੰ ਪਤਾ ਹੀਗਾ ਕਿ ਮੈਂ ਅੱਗੇ ਕੁਝ ਕਰਨਾ ਤੇ ਗੱਡੀ ਗੱਡੀ ਲੈਣੀ ਇੱਥੇ ਬਹੁਤ ਜ਼ਰੂਰੀ ਹੈ ਭ ਅਨੇ ਬੰਦੇ ਤੋਂ ਗੱਡੀ ਹੁੰਦੀ ਆ ਤੇ ਉਹ ਜਾ ਸਕਦਾ ਪਰ ਮਹਿੰਗੀ ਗੱਡੀ ਲੈਣੀ ਨਹੀਂ ਮੈਂ ਕਹਿੰਨਾ ਕਿ ਚੰਗੀ ਗੱਲ ਉਹਨੇ ਮੈਂ ਰੀਅਲ ਏਸਟੇਟ ਦਾ ਲਾਇਸੈਂਸ ਲਿਆ ਹਲੇ ਵੀ ਮੇਰੀ ਉਹ ਜੀਪ ਲੱਗੀ ਹੈ ਜਿਹੜੀ ਮੈਂ 6000 ਦੇ ਲਈਤੇ ਸੀ ਤੇ ਉਹ ਹੀ ਸਾਲ ਹੋ ਗਿਆ ਤੇ ਉਹੀ ਚਲਾਈ ਜੰਨਾ ਜੀ ਅੱਛਾ ਮੈਨੂੰ ਦੱਸਿਓ ਕਿ ਅੱਜ ਗੁਰੂ ਘਰ ਦੇ ਵਿੱਚ ਆ ਜਾਣੇ ਹੋ ਕਦੇ ਕਦੇ ਮਾਰ ਲੈਨੇ ਹੋ ਗੇੜਾ ਹਾਂਜੀ ਹਾਂਜੀ ਗੁਰੂ ਘਰ ਦੀ ਹਾਂ ਗੇੜਾ ਦੇ ਵਜਦਾ ਹੀ ਹੈ ਐਤਵਾਰ ਤੇ ਐਤਵਾਰ ਤੇ ਆਈਦਾ ਹੀ ਹੈ ਤੇ ਬਾਕੀ ਦਿਨ ਵੀ ਜਿੱਦਾਂ ਕਦੇ ਜੇ ਵੀ ਸ਼ਾਮੀ ਟਾਈਮ ਮਿਲਦਾ ਹੈ ਕੰਮ ਤੋਂ ਤੋ ਤੋ ਇੱਥੇ ਦੈ ਇੱਥੇ ਆਈ ਦੈ ਬਹੁਤ ਸ਼ੁਕਰੀਆ ਜੀ ਅਰਪਿਤ ਸ਼ਰਮਾ ਬਾਬਾ ਬਕਾਲਾ ਦੇ ਨੇੜੇ ਮਹਿਤਾ ਚੌਂਕ ਮਹਿਤਾ ਚੌਂਕ ਦੇ ਪਰਲੇ ਪਾਸੇ ਅੰਮ੍ਰਿਤਸਰ ਅੰਮ੍ਰਿਤਸਰ ਜ਼ਿਲ੍ਹੇ ਦੇ ਮਹਿਤਾ ਚੌਂਕ ਦੇ ਨੇੜੇ ਦੇ ਰਹਿਣ ਵਾਲੇ 2019 ਦੇ ਵਿੱਚ ਆਏ ਪੜ੍ਹਾਈ ਮੁਕੰਮਲ ਕੀਤੀ ਤੇ ਇਸ ਵੇਲੇ ਰੀਅਲ ਏਸਟੇਟ ਦਾ ਲਾਇਸੈਂਸ ਲੈ ਲਿਆ ਮੈਂ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਬੇਨਤੀ ਕਰਦਾ ਜਿਹੜੇ ਆਗੇ ਜਿਹੜੇ ਉੱਥੇ ਤਿਆਰੀ ਖਿੱਚ ਕੇ ਬੈਠੇ ਆ ਭਾਈ ਮਿਹਨਤ ਕਰੋ ਕੈਨੇਡਾ ਦੇ ਵਿੱਚ ਖੁੱਲੀਆਂ ਹਵਾਵਾਂ ਨੇ ਅਸਮਾਨ ਨੂੰ ਟਾਕੀ ਲਾ ਲਓ ਬੇਸ਼ੱਕ ਬਸ ਗਲਤ ਸੰਗਤ ਚ ਨਾ ਪਾਓ ਆਉਂਦੇ ਹੀ ਮਹਿੰਗੀ ਕਾਰ ਵਾਲੇ ਪਾਸੇ ਨੂੰ ਨਾ ਜਾਇਓ ਭਾਵੇਂ ਚਾਰ ਪੈਸੇ ਹੋਣ ਵੀ ਜੇ ਅਰਪਿਤ 2 ਸਾਲ ਬੱਸ ਦੇ ਵਿੱਚ ਸਫ਼ਰ ਕਰਕੇ ਤੇ ਅੱਜ ਇੱਥੇ ਤੱਕ ਪੱੜ ਸਕਦਾ ਕੋਈ ਵੀ ਪੱੜ ਸਕਦਾ ਸੰਦੀਪ ਬਾੜ ਜੀ ਕੀ ਹਾਲ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰਾਈਮਰੀਅਰ ਟੀਮ ਦਾ ਬਹੁਤ-ਬਹੁਤ ਧੰਨਵਾਦ ਸਾਡੇ ਸ਼ਹਿਰ ਰੈਡੀਅਰ ਦੇ ਵਿੱਚ ਆਏ ਆ ਧੰਨਵਾਦ ਜੀ ਬਹੁਤ-ਬਹੁਤ ਭਾਈਚਾਰਾ ਕਿਵੇਂ ਜੀ ਆਇਆਂ ਵਧੀਆ ਆਪਸ ਦੇ ਵਿੱਚ ਹੁਣ ਗੁਰੂ ਘਰ ਦੀ ਸ਼ੁਰੂਆਤ ਹੋਈ ਆ ਕਿਵੇਂ ਲੱਗਦਾ ਜੀ ਹੁਣ ਭਾਈਚਾਰਾ ਵੱਧ ਇਕੱਠਾ ਹੁੰਦਾ ਨਾ ਬਹੁਤ ਵਧੀਆ ਜੀ ਸਾਰੇ ਇੱਕ ਦੂਜੇ ਨੂੰ ਮਿਲਦੇ ਆ ਬਹੁਤ ਖੁਸ਼ੀ ਹੁੰਦੀ ਆ ਜਦੋਂ ਸਾਰੇ ਗੁਰੂ ਘਰ ਆਉਂਦੇ ਆ ਸਾਰੇ ਇੱਕ ਦੂਜੇ ਨੂੰ ਬਹੁਤ ਪਿਆਰ ਨਾਲ ਬੁਲਾਉਂਦੇ ਆ ਤੇ ਬਹੁਤ ਬਹੁਤ ਧੰਨਵਾਦ ਆ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਇਸ ਵੇਲੇ ਅਸੀਂ ਰੈਡੀਅਰ ਦੇ ਗੁਰੂ ਘਰ ਦੇ ਸਾਹਮਣੇ ਖੜੇ ਆ ਉਹ ਗੁਰੂ ਘਰ ਜੇ ਇਸ ਗੁਰੂ ਘਰ ਦੀ ਉਸਾਰੀ ਦੇ ਲਈ ਕਹਿ ਲਓ ਉਹਨੂੰ ਸ਼ੁਰੂਆਤ ਦੇ ਲਈ ਕਹਿ ਲਓ ਬਹੁਤ ਲੰਬੇ ਸਮੇਂ ਤੋਂ ਰੈਡੀਅਰ ਦੇ ਵਿੱਚ ਵਸ ਰਹੀ ਸੰਗਤ ਜਿਹੜੀ ਹੈ ਉਹ ਜਦੋਂ ਜਦ ਕਰ ਰਹੀ ਸੀ ਕਿਉਂਕਿ ਜਦੋਂ ਸੰਗਤ ਦੀ ਗਿਣਤੀ ਥੋੜੀ ਹੁੰਦੀ ਹੈ ਭਾਈਚਾਰੇ ਦੀ ਆਬਾਦੀ ਥੋੜੀ ਹੁੰਦੀ ਹੈ ਤੇ ਉਦੋਂ ਸੱਤ ਸਮੁੰਦਰੋਂ ਪਾਰ ਪਰਦੇਸਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਉਹ ਵਿੱਤੀ ਮੁਸ਼ਕਲਾਂ ਵੀ ਹੁੰਦੀਆਂ ਉਹ ਭਾਈਚਾਰ ਦੀ ਗਿਣਤੀ ਦੀਆਂ ਵੀ ਮੁਸ਼ਕਲਾਂ ਹੁੰਦੀਆਂ ਤੇ ਹੋਰ ਬਹੁਤ ਸਾਰੀਆਂ ਕਿਉਂਕਿ ਪ੍ਰਵਾਨਗੀਆਂ ਜਿਹੜੀਆਂ ਉਹ ਲੈਣੀਆਂ ਪੈਂਦੀਆਂ ਪਰ ਆਖਰਕਾਰ ਲੰਬੇ ਸਮੇਂ ਦੀ ਜਦੋਜਹਿਤ ਤੋਂ ਬਾਅਦ ਰੈਡੀਅਰ ਦੀ ਸੰਗਤ ਗੁਰੂ ਘਰ ਦੀ ਸਥਾਪਨਾ ਕਰਨ ਦੇ ਵਿੱਚ ਉਹ ਕਾਮਯਾਬ ਰਹੀ ਹੈ ਹੁਣ ਉਮੀਦ ਕਰਦੇ ਹਾਂ ਕਿ ਇੱਥੇ ਤੇ ਆਲੇ-ਦੁਆਲੇ ਦੇ ਇਲਾਕੇ 'ਚ ਵਸਦਾ ਪੰਜਾਬੀ ਭਾਈਚਾਰਾ ਅਸੀਂ ਜਿਹੜੀ ਪਿੱਛੇ ਇਮਾਰਤ ਦੇਖ ਰਹੇ ਹਾਂ ਇਸ ਗੁਰੂ ਘਰ ਦੇ ਵਿੱਚ ਆ ਕੇ ਇੱਕ ਇਕੱਠ ਦਾ ਮਜਾਰਾ ਵੀ ਹੋਏਗਾ ਦੂਸਰਾ ਭਾਈਚਾਰ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਉਹਦੇ ਬਾਬਤ ਵੀ ਇੱਥੇ ਚਰਚਾ ਜਿਹੜੀ ਹੁੰਦੀ ਰਹੂਗੀ ਨਵੇਂ ਆਉਣ ਵਾਲੇ ਜਿਹੜੇ ਪੰਜਾਬੀ ਨੇ ਜਿਹੜੇ ਪੰਜਾਬ ਤੋਂ ਨਵੇਂ ਆਉਣਗੇ ਉਹਨਾਂ ਨੇ ਜੇ ਕੋਈ ਸਹਾਇਤਾ ਲੈਣੀ ਆ ਕਿਸੇ ਤਰ੍ਹਾਂ ਦੀ ਸਲਾਹ ਲੈਣੀ ਆ ਤਾਂ ਮੈਨੂੰ ਲੱਗਦਾ ਕਿ ਇੱਕ ਕੇਂਦਰੀ ਸਥਾਨ ਜਿਹੜਾ ਉਹ ਮਿਲ ਗਿਆ ਤੇ ਫਿਰ ਬਾਣੀ ਦਾ ਪ੍ਰਵਾਹ ਤਾਂ ਜਿਹੜਾ ਉਹ ਲਗਾਤਾਰ ਚੱਲਣਾ ਸਤਗੁਰੂ ਦਾ ਜਿਹੜਾ ਓਟ ਆਸਰਾ ਲੈ ਕੇ ਚੱਲਣ ਦੀ ਜਿਹੜੀ ਆਪਣੀ ਰਵਾਇਤ ਹੈ ਉਹਨੂੰ ਤਾਂ ਆਪਾਂ ਕਾਇਮ ਜੜਾ ਉਹ ਰੱਖਣਾ ਹੈ ਰੱਖਣਾ ਸੋ ਰੈਡੀਅਰ ਦੀ ਸੰਗਤ ਇਥੋਂ ਦੇ ਪੰਜਾਬੀ ਭਾਈਚਾਰੇ ਦੇ ਕਰਤਾ ਧਰਤਾ ਜਿਹੜੇ ਨੇ ਉਹ ਸਾਡੇ ਨਾਲ ਨੇ ਤੇ ਉਹਨਾਂ ਦੇ ਨਾਲ ਅੱਜ ਆਪਾਂ ਗੱਲਬਾਤ ਕਰਦੇ ਆ ਸਸੀ ਕਾਲਜੀ ਨਿਸ਼ਾਨ ਸਿੰਘ ਜੀ ਕੀ ਹਾਲ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਿਸ਼ਾਨ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸਿਓ ਕਿ ਕੁੱਲ ਰੈਡੀਅਰ ਦੇ ਵਿੱਚ ਕਿੰਨਾ ਕੁ ਪੰਜਾਬੀ ਭਾਈਚਾਰਾ ਕਿੰਨੇ ਕੁ ਪਰਿਵਾਰ ਇਸ ਵੇਲੇ ਹੋਣਗੇ ਇੱਥੇ ਜੀ ਇਸ ਟਾਈਮ ਤਕਰੀਬਨ ਡੇਢ ਕਿਸੂ ਪੰਜਾਬੀ ਫੈਮਿਲੀ ਆਪਣੀ ਜੀ ਜੀ ਤੇ ਢਾਈ ਕਿਸੋ ਜਿਹੜਾ ਆਪਣਾ ਪੰਜਾਬੀ ਸਟੂਡੈਂਟ ਆ ਜੀ ਇੱਥੇ ਹਾਂਜੀ ਐਸ ਲਈ ਹਾਂਜੀ 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 ਤੇ ਇਹ ਵੀ ਮੈਨੂੰ ਦੱਸਿਓ ਕਿ ਕਦੋਂ ਇੱਕ ਦੀ ਗੱਲਬਾਤ ਚੱਲਦੀ ਸੀਗੀ ਕਿ ਭਾਈ ਹੁਣ ਇੰਨੇ ਕ ਪਰਿਵਾਰ ਇੱਥੇ ਆ ਗਏ ਨੇ ਤੇ ਆਪਾਂ ਗੁਰੂ ਘਰ ਦੀ ਜਿਹੜੀ ਸਥਾਪਨਾ ਕਰੀਏ ਤੇ ਕਿੰਨੇ ਕ ਸਾਲ ਲੱਗ ਗਏ ਸਾਰੀ ਜਦੋਜਹਤ ਦੇ ਵਿੱਚ ਇੱਥੇ ਜੀ ਸ਼ੁਰੂਆਤ ਆਪਣੀ ਹੋਈ ਸੀ ਜੀ 2005 ਤੋਂ ਤੇ ਸਿੱਧੂ ਭਾਜੀ ਉਹਨਾਂ ਨੇ ਮਤਲਬ ਵੀ ਇੱਥੋਂ ਦਾ ਨੀਂ ਪੱਥਰ ਸ਼ੁਰੂ ਕੀਤਾ ਸੀ ਗੁਰੂ ਘਰ ਦਾ ਤੇ ਉਹ ਉਸ 2005 ਤੋਂ ਲੈ ਕੇ ਤੇ 2022 ਤੱਕ ਅਸੀਂ ਕਮਿਊਨਿਟੀ ਹਾਲ ਰੈਂਟ ਕਰ ਦਿੰਨੇ ਸੀ ਵਨਸ ਮੰਥ ਜਿਹੜਾ ਮਹੀਨੇ ਦਾ ਲਾਸਟ ਸੰਡੇ ਹੁੰਦਾ ਸੀ ਉਸ ਦਿਨ ਕਮਿਊਨਿਟੀ ਹਾਲ ਰੈਂਟ ਕਰਕੇ ਉੱਥੇ ਪ੍ਰੋਗਰਾਮ ਕਰੀਦਾ ਸੀ ਤੇ ਉਦੋਂ ਤੋਂ ਲੈ ਕੇ ਇਹੀ ਜਦੋਂ ਜੈ ਚੱਲੀ ਆਉਂਦੀ ਸੀ ਤੇ ਹੁਣ ਅਖੀਰ ਮਹਾਰਾਜ ਨੇ ਕਿਰਪਾ ਕੀਤੀ ਆ ਤੇ ਰੈਡੀ ਅਰ ਦੀ ਸਾਰੀ ਸੰਗਤ ਨੂੰ ਸੈਂਟਰਲ ਬਲਟਾ ਦੀ ਸਾਰੀ ਸੰਗਤ ਨੂੰ ਮਹਾਰਾਜ ਨੇ ਕਿਰਪਾ ਕਰਕੇ ਗੁਰੂ ਘਰ ਬਖਸ਼ਿਸ਼ ਕੀਤਾ ਜੀ ਤੇ ਹੁਣ ਗੁਰੂ ਘਰ ਦੇ ਵਿੱਚ ਕਿੰਨੇ ਦਿਨ ਜਣੀ ਬਾਣੀ ਦਾ ਪ੍ਰਵਾਹ ਚੱਲਦਾ ਹੈ ਹਫਤੇ ਬਾਅਦ ਚੱਲਦਾ ਹੈ ਰੋਜ਼ਾਨਾ ਚੱਲਦਾ ਜਾਂ ਹੁਣ ਕੀ ਪ੍ਰੋਸੀਜਰ ਹੈ ਜੀ ਹਣਜੀ ਜਿਹੜਾ ਗੁਰਬਾਣੀ ਗੁਰਮਾਰੀ ਦਾ ਪ੍ਰਕਾਸ਼ ਹਰ ਰੋਜ਼ ਹੀ ਦਿਨੇ 6 ਵਜੇ ਹੁੰਦਾ ਏ ਸਵੇਰ 6 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਇੱਥੇ ਗੁਰੂ ਘਰ ਓਪਨ ਹੁੰਦਾ ਜੀ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਤੇ ਆਪਣਾ ਸੁਖ ਆਸਣ 7:30 ਵਜੇ ਸ਼ਾਮ ਨੂੰ ਕਰੀਦਾ ਜੀ ਤੇ ਸੰਗਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਰ ਰੋਜ਼ ਹੀ ਰੰਗ ਰੌਣਕ ਹੁੰਦੇ ਆ ਪਰ ਜਿਹੜਾ ਸੰਡੇ ਹੁੰਦਾ ਏ ਉਸ ਦਿਨ ਸਾਰੀ ਸੰਗਤ ਜਿਆਦਾ ਆਉਂਦੀ ਆ ਜੀ ਮੈਂ ਤੁਹਾਡੇ ਕੋਲ ਵਾਪਸ ਵੀ ਆਉਣਾ ਸਿੱਧੂ ਸਾਹਿਬ ਮੈਂ ਤੁਹਾਡੇ ਕੋਲ ਆਉਣਾ ਤੁਹਾਡੇ ਕੋਲ ਵੀ ਭਾਈ ਸਾਹਿਬ ਆਉਣਾ ਸਿੱਧੂ ਕਦੋਂ ਕਦੇ ਰੈਡੀਅਰ ਦੇ ਵਿੱਚ ਰਹਿਨੇ ਹੋ ਜੀ ਐਸ ਚਰਚ ਅਸੀਂ ਜੀ 2000 ਦੇ ਵਿੱਚ ਮੂਵ ਹੋਏ ਸੀ ਰੈਡੀਅਲ ਦੇ ਵਿੱਚ ਤੇ ਅਸੀਂ ਦੇਖਿਆ ਤੇ ਕੋਈ ਗੈੱਟ ਟੂਗੇਦਰ ਨਹੀਂ ਸੀ ਹੁੰਦਾ ਤੇ ਉਹ ਤੋਂ ਬਾਅਦ ਅਸੀਂ ਪੰਜਾਬੀ ਕਲਚਰ ਸੁਸਾਇਟੀ ਅਜੈਸਟਡ ਕਰਾਈ ਠੀਕ ਹੈ ਜੀ ਤੇ ਉਹ ਉਹਦੇ ਨਾਲ ਹੀ ਅਸੀਂ ਜਿਵੇਂ ਹਾਲ ਲੈ ਕੇ ਈਸਟ 뷰 ਦੇ ਵਿੱਚ ਤੇ ਅਸੀਂ ਗੁਰਦੁਆਰਾ ਲਾਉਣ ਲੱਗੇ ਸੀ ਸੋ ਸਾਰੀ ਕਮਿਊਨਿਟੀ ਨੂੰ ਉਹਦੀ ਸਰਵਿਸ ਦਿੰਦੇ ਸੀਗੇ ਹੌਲੀ 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 ਬੜਾ ਸਟਰਗਲ ਕਰਦੇ ਰਹੇ ਜੀ ਸੋਹਣ ਵੈਗੁਰੂ ਨੇ ਸਾਡੀ ਸੁਣੀ ਜੀ ਤੇ ਸਾਨੂੰ ਗੁਰੂ ਘਰ ਮਿਲ ਗਿਆ 23 ਸਾਲ ਪਹਿਲਾਂ ਤੁਸੀਂ ਸਾਨੂੰ 2000 ਦੀ ਗੱਲ ਕੀਤੀ ਜਦੋਂ ਮੂਵ ਹੋਏ ਸੀ ਉਦੋਂ ਕਿੰਨੇ ਕੁ ਪਰਿਵਾਰ ਸੀ ਆਪਣੇ ਕੋਈ ਪੰਜਾਬੀ ਜਾਨੀ ਸਿਹੜੀ ਦੇ ਵਿੱਚ ਇੱਕ ਤਾਂ ਨਜ਼ਰ ਆਉਂਦਾ ਸੀ ਕਿ ਕਈ ਵਾਰੀ ਉੱਦੀ ਸੁੱਕਾ ਲੰਗ ਜਾਂਦਾ ਸੀ ਦਿਨ ਨਹੀਂ ਹੈਗੇ ਸੀਗੇ ਜੀ ਮੇਰਾ ਖਿਆਲ ਦੇ ਵਿੱਚ ਉਦੋਂ 40 50 ਫੈਮਲੀਆਂ ਸੀਗੀਆਂ ਜੀ ਹਾਂਜੀ ਹਾਂ ਸੀਗੇ ਬਹੁਤ ਘੱਟ ਸੀ ਬਹੁਤ ਘੱਟ ਹਾਂਜੀ ਇਹ ਵੀ ਮੈਨੂੰ ਥੋੜਾ ਜਿਹਾ ਦੱਸਿਓ ਕਿ ਅੰਤਰਰਾਸ਼ਟਰੀ ਵਿਦਿਆਰਥੀ ਜਿਹੜੇ ਆ ਉਹ ਕਦੋਂ ਤੋਂ ਆਉਣ ਲੱਗੇ ਆ ਉਦੋਂ ਦੇ ਆਉਂਦੇ ਸੀ ਜਾਂ ਹੁਣ ਲੇਟੈਸਟ ਹੀ ਕੰਮ ਸ਼ੁਰੂ ਹੋ ਨਹੀਂ ਜੀ ਇਹ ਤਾਂ ਹੁਣੇ ਸਟਾਰਟ ਹੋਇਆ ਜਦੋਂ ਆਪਣੇ ਕਾਲਜ ਆ ਜਿਹੜਾ ਨਾ ਇਹ ਕਨਵਰਟ ਹੋ ਗਿਆ ਹੁਣ ਨਾਲ ਯੂਨੀਵਰਸਿਟੀ ਦੇ ਵਿੱਚ ਸੋ ਇੱਥੇ ਇਸ ਕਰਕੇ ਹੁਣ ਕਾਫੀ ਸਟੂਡੈਂਟ ਆਉਂਦੇ ਨੇ ਸੋ ਹਾਂਜੀ ਹਾਂ ਇਹ ਮੇਰਾ ਖਿਆਲ ਤੁਸੀਂ ਕਹਿ ਲਓ ਭਈ 4 ਸਾਲਾਂ ਤੋਂ ਆਉਣ ਲੱਗੇ ਨੇ ਹਾਂਜੀ ਪਹਿਲਾਂ ਬਹੁਤ ਘੱਟ ਸੀ ਸਟੂਡੈਂਟ ਪਹਿਲਾਂ ਘੱਟ ਸੀ ਹਾਂਜੀ ਅੱਛਾ ਪਾਜੀ ਮੈਂ ਤੁਹਾਡੇ ਤੋਂ ਪੁੱਛਣਾ ਕਿ ਜੇ ਸਾਰੇ ਪਾਸੇ ਆਪਾਂ ਢੀਡਾ ਤਾਂ ਮਾਰਿਆ ਹੀ ਹੁੰਦਾ ਆ ਬਾਕੀ ਸ਼ਹਿਰਾਂ ਦੇ ਵਿੱਚ ਵੀ ਕਿਉਂਕਿ ਘਰਾਂ ਦੀਆਂ ਕੀਮਤਾਂ ਨੂੰ ਅੱਗ ਲੱਗੀ ਪਈ ਆ ਜਿਹੜੇ ਐਂ ਲੱਗਦਾ ਕਿ ਹੁਣ ਕੈਨੇਡਾ ਤਾਂ ਆ ਜਾਣਾ ਪਰ ਰਹਿਣਾ ਛੱਤ ਤੋਂ ਬਿਨਾਂ ਹੀ ਪੈ ਰੈੱਡਅਰ ਦੇ ਕੀ ਹਾਲਾਤ ਨੇ ਇੱਥੇ ਜਣੀ ਅਜੇ ਤੱਕ ਵੀ ਜਣੀ ਸੈਂਦਾ ਸੈਂਦਾ ਜੇ ਬੰਦਾ ਜੇ ਕੰਮ ਕਰੇ ਤਾਂ ਘਰਕੁਰ ਲਿਆ ਹੋ ਜਾਂਦਾ ਹਾਂਜੀ ਸੈਂਦਾ ਸੈਂਦਾ ਕੈਲਗਰੀ ਤੇ ਐਡਮਿੰਟਨ ਨਾਲੋਂ ਕਾਫੀ ਫਰਕ ਆਇਆ ਇੱਥੇ ਸਰੀ ਤੇ ਬ੍ਰੈਮਟਨ ਦੀ ਤਾਂ ਗੱਲ ਹੀ ਛੱਡੋ ਜੀ ਤਾਂ ਪਰ ਕੈਲਗਰੀ ਨਾਲੋਂ ਵੀ ਕਾਫੀ ਫਰਕ ਆ ਤਾਂ ਉਹੀ ਹੈ ਜਿਵੇਂ 에어ਪੋਰਟ ਵੀ ਸਾਨੂੰ ਘੰਟੇ ਕਿ ਸਵਾ ਘੰਟੇ ਦੀ ਵਾਰ ਤੇ ਨੇ ਦੋਨੇ ਤਾਂ ਜੌਬਾਂ ਵੀ ਵਾਧੂ ਨੇ ਅੱਜ ਤੱਕ ਇਹਨੇ ਜੌਬਾਂ ਵੀ ਵਾਧੂ ਨੇ ਤਾਂ ਸਿਰਫ ਆਹੀ ਕਾਰਨ ਸੀ ਗੁਰੂ ਕਰਦੀ ਉਪਰਮਾਤਮਾ ਨੇ ਪੂਰੀ ਕਰਤੀ ਆ ਹੁਣ ਗੁਰੂ ਘਰ ਹੈਗਾ ਜਿੱਦੋਂ ਪਹਿਲਾਂ ਫੈਮਲੀਆਂ ਆਉਂਦੀਆਂ ਸੀ ਮੂਵ ਹੋ ਜਾਂਦੀਆਂ ਸੀ ਬਿਜ਼ਨਸ ਵਾਲਾ ਬੰਦਾ ਹੀ ਜ਼ਿਆਦਾ ਟਿਕਦਾ ਸੀ ਕਿਉਂਕਿ ਫੈਮਲੀ ਆਪਦੇ ਕੰਮ ਕਰ ਲਈ ਆਉਂਦੀ ਸੀ ਜਾਂ ਆਪਣੀ ਇਮੀਗ੍ਰੇਸ਼ਨ ਦੇ ਪਰਪਸ ਨਾਲ ਆਉਂਦੀ ਸੀ ਪਰ ਉਹ ਮੂਵ ਹੋ ਜਾਂਦਾ ਕਿਉਂਕਿ ਗੁਰੂ ਘਰ ਨਹੀਂ ਸੀ ਆਪਣੇ ਬਜ਼ੁਰਗਾਂ ਦਾ ਮੇਨ ਫੈਮਲੀ ਦਾ ਕਨੈਕਟਰ ਨਹੀਂ ਸੀ ਕੋਈ ਵੀ ਕਿਤੇ ਬਹਿ ਕੇ ਇੱਕ ਗੱਲ ਬਾਤ ਕਰ ਨਹੀਂ ਸਕਦੇ ਆ ਹੁਣ ਇਹ ਹੋ ਗਿਆ ਹੁਣ ਸਾਨੂੰ ਉਮੀਦ ਆ ਕਿ ਪਾਪੂਲੇਸ਼ਨ ਵੀ ਵਧੂਗੀ ਫੈਮਲੀਆਂ ਵੀ ਆਉਣਗੀਆਂ ਤਾਂ ਭਾਈਚਾਰਾ ਵਧੂਗਾ ਜੀ ਦੂਜਾ ਇਹ ਆ ਵੀ ਇਕੱਲੇ ਸਾਡੇ ਸਿਰ ਤੇ ਨਹੀਂ ਗੁਰੂ ਘਰ ਜੀ ਗੁਰੂ ਘਰ ਕੈਲਗਰੀ ਐਡਮ ਸਾਰਿਆਂ ਨੇ ਬਹੁਤ ਕੀਤਾ ਤੇ ਗਾਂ ਵੀ ਅਸੀਂ ਆਸ ਕਰਦੇ ਆਂ ਸਾਨੂੰ ਲੋੜ ਬਹੁਤ ਆ ਗਈ ਜਿਵੇਂ ਸਾਡਾ ਪੈਂਡਾ ਲੰਮਾ ਹਲੇ ਸਾਨੂੰ ਅੱਜ ਵੀ ਅਸੀਂ ਉਹਨੀਆਂ ਮੀਟਿੰਗ ਕਰਕੇ ਆਟੀਆਂ ਜੀ ਸਾਨੂੰ ਲੱਖ ਡੇਢ ਲੱਖ ਦੀ ਹਲੇ ਲੋੜ ਆ ਪ੍ਰੋਪਰ ਗੁਰੂ ਘਰ ਬਣਾਉਣ ਲਈ ਲੰਗਰ ਹਲੇ ਵੀ ਅਸੀਂ ਕੇਟਰਿੰਗ ਹੀ ਕਰਾਉਣੇ ਆ ਜਾਂ ਘਰਾਂ ਚੋਂ ਲੈ ਕੇ ਆਉਣੇ ਤਾਂ ਉਹਦੇ ਲਈ ਅਭੀ ਗੁਰੂ ਘਰ ਲੰਗਰ ਬਣੇ ਬੰਦਾ ਆ ਕੇ ਸੇਵਾ ਕਰੇ ਇਹੀ ਮੇਨ ਹੁੰਦਾ ਤਾਂ ਉਹਦੇ ਲਈ ਸਾਨੂੰ ਹੈਗੀ ਆ ਫੈਂਸ ਕਰਾਉਣ ਵਾਲੀ ਹੈਗੀ ਆ ਵਾਸ਼ਰੂਮ ਬਣਾਉਣ ਵਾਲੇ ਨੇ ਸੋ ਅਸੀਂ ਆਸ ਕਰਦੇ ਆਂ ਸਾਰਿਆਂ ਤੋਂ ਬਿਜ਼ਨਸ ਭਾਈਚਾਰੇ ਤੋਂ ਆਪਣੇ ਤੋਂ ਤੇ ਅਹਿਮੀਆਂ ਤੋਂ ਵੀ ਸਾਡੀ ਮਦਦ ਕਰਨੇ ਤੇ ਚ ਤਾਂ ਕਿ ਪ੍ਰੋਪਰ ਗੁਰੂ ਘਰ ਬਣ ਸਕੇ ਲੋ ਜੀ ਅਸੀਂ ਰੈੱਡੀਅਰ ਦੇ ਵਿੱਚ ਖੜੇ ਆ ਪ੍ਰਾਈਮੇਰੀ ਸ਼ਾ ਟੀਵੀ ਦੇ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਮੈਂ ਦੱਸ ਦਿਆਂ ਕਿ ਜੇ ਕੈਲਗਰੀ ਤੋਂ ਐਡਮਿੰਟਨ ਨੂੰ ਜਾਵਾਂ ਤਾਂ ਡੇਢ ਘੰਟੇ ਤੇ ਜਾ ਕੇ ਗੱਡੀ ਦੀ ਬ੍ਰੇਕ ਮਾਰ ਲੈਣੀ ਆ ਸ਼ਹਿਰ ਆ ਜਾਣਾ ਐਡਮਿੰਟਨ ਤੋਂ ਕੈਲਗਰੀ ਨੂੰ ਤੁਰਪੋਂ ਤੋਂ ਫੇਰ ਡੇਢ ਘੰਟੇ ਬਾਅਦ ਬ੍ਰੇਕ ਮਾਰ ਲੈਣੀ ਆ ਸ਼ਹਿਰੇ ਆ ਜਾਣਾ ਟੋਟਲ 1 ਲੱਖ ਦੀ ਆਬਾਦੀ ਹੈ ਆਪਣਾ ਭਾਈਚਾਰਾ ਹੌਲੀ 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 ਆਪਣਾ ਆਧਾਰ ਜਿਹੜਾ ਉਹ ਵਧਾਉਂਦਾ ਜਾ ਰਿਹਾ ਭਾਜੀ ਮੈਂ ਤੁਹਾਡੇ ਕੋਲ ਇੱਕ ਚੀਜ਼ ਪੁੱਛਣੀ ਸੀ ਆਮ ਤੌਰ ਤੇ ਨਾ ਵੱਡੇ ਸ਼ਹਿਰਾਂ ਦੇ ਵਿੱਚ ਹੁਣ ਜਿੱਦਾਂ ਇਹਦਾ ਭਾਈਚਾਰਾ ਵਧਿਆ ਥੋੜੇ ਥੋੜੇ ਝਗ ਇੱਥੇ ਤਾਂ ਸ਼ਾਂਤੀ ਹੈ ਜੀ ਸ਼ਾਂਤੀ ਹੈ ਜੀ ਬਹੁਤ ਵਧੀਆ ਇੱਥੇ ਅੰਜੀ ਹੈ ਜੀ ਅਜੇ ਕੋਈ ਰੌਲਾ ਰੱਪਾ ਨਹੀਂ ਕਿਸੇ ਨਹੀਂ ਜੇ ਜੇ ਤੇ ਨਹੀਂ ਸੁਣਨ ਚ ਨਹੀਂ ਆਇਆ ਕੋਈ ਠੀਕ ਹੈ ਜੀ ਭਾਈਚਾਰਾ ਬੜਾ ਆਰਾਮ ਨਾਲ ਰਹਿੰਦਾ ਬਹੁਤ ਸੋਹਣਾ ਜੀ ਉਹ ਕਿਰਪਾ ਦਾਲਾਂ ਮਸਾਲੇ ਇਦਾਂ ਦੀਆਂ ਚੀਜ਼ਾਂ ਕੋਈ ਸਬਜੀ ਸੂਬਜੀ ਕਦੇ ਸਾਗ ਸੂਕ ਜੇ ਸਿਆਲਾਂ ਨੂੰ ਧਰਨਾ ਹੋਵੇ ਤਾਂ ਮਿਲ ਜਾਂਦਾ ਮਿਲ ਜਾਂਦਾ ਜੀ ਸਾਰਾ ਕੁਝ ਮਿਲ ਜਾਂਦਾ ਫਿਰ ਪਤਾ ਨਹੀਂ ਹੋਊਗਾ ਕਿ ਭਾਈ ਸਾਗ ਖਾਦਦੇ ਨਾ ਨਾ ਜੀ ਹੁਣ ਤੇ ਪੰਸਾਰੀ ਦਾ ਵੀ ਸਮਾਨ ਮਿਲ ਜਾਂਦਾ ਜੀ ਇੱਥੇ ਹਾਂਜੀ ਹਾਂਜੀ ਜੇ ਕਿਤੇ ਹੋਰ-ਪੋੜ ਜਾ ਕਰਨਾ ਹੋਵੇ ਹਾਂਜੀ ਹਾਂਜੀ ਇਹੋ ਹੀ ਕਰੀਦਾ ਜੀ ਕਿੰਨੇ ਕ ਸਾਲ ਹੋ ਗਏ ਯ Para bhi si ਹੌਣ ਥੋੜਾ ਜਿਹਾ ਜ਼ਿਆਦਾ ਕਾਮਨ ਹੋ ਗਿਆ ਕਹਿ ਸਕਦੇ ਜਾਨੀ ਮੈਂ ਜੇ ਇੱਥੇ ਪ੍ਰੋਗਰਾਮ ਕਰਨਾ ਹੋਵੇ ਇੱਥੇ ਦੋ ਚਾਰ ਦਿਨ ਆਣ ਕੇ ਰਹਿ ਲਵਾਂ ਮੇਰਾ ਗਾਲ ਖਰਾਬ ਹੋਏ ਮਲੱਠੀ ਮਿਲ ਜੂ ਮਲੱਠੀ ਮਿਲ ਜੂਗੀ ਜੀ ਸਾਰਾ ਕੁਝ ਮਿਲਦੀ ਲੋ ਜੀ ਜੇ ਕਿਸੇ ਨੂੰ ਐਂ ਲੱਗਦਾ ਨਾ ਕਿ ਸਾਡੇ ਤੋਂ ਭਾਈ ਟੋਰਾਂਟੋ ਚ ਘਰ ਨਹੀਂ ਲੈ ਆ ਹੁੰਦਾ ਵੈਨਕੂਵਰ ਦੇ ਵਿੱਚ ਆ ਹੋ ਗਿਆ ਤੁਸੀਂ ਸਿੱਧੇ ਰੈਡੀਅਰ ਨੂੰ ਆਉਣਾ ਕੈਲਗਰੀ ਦੀ ਟਿਕਟ ਲੈ ਲੈਣੀ 에ਅਰਪੋਰਟ ਵੀ ਹੈਗਾ ਇੱਥੇ ਵੈਸੇ ਲੋਕਲ ਜਾ ਇੱਕ ਮੈਂ ਦੇਖਿਆ ਤਾਂ ਨਹੀਂ ਅਜੇ ਮੈਂ ਬੋਰਡ ਵੜਿਆ ਸੀ ਤੁਸੀਂ ਕੈਲਗਰੀ ਐਡਮਿੰਟਨ ਆਜੋ ਉੱਥੋਂ ਬੱਸ ਵੀ ਚੱਲਦੀ ਹੈ ਇੱਥੇ ਪਹੁੰਚੋ ਮਲੱਠ ਇਹ ਕਹਾਣੀ ਕਾਦੀ ਐ ਫਿਰ ਆਪਾਂ 4 ਲੱਖ ਦਾ ਘਰ ਲੈਣਾ ਆਪਾਂ 15 ਲੱਖ ਦਾ ਜ਼ਰੂਰ ਲੈਣਾ ਮੁੜ ਕੇ ਸਾਰਾ ਟੱਬਰ ਹੱਡ ਕੋਟੇ ਡਬਲ ਸ਼ਿਫਟਾਂ ਲਾ ਕੇ ਰਗੜਦੇ ਰਹੀਦਾ ਸਾਸਿਕਾ ਹਾਂਜੀ ਨਹੀਂ ਬੱਝੂਗੀ ਸਾਸਿਕਾ ਜੀ ਕੀ ਹਾਲ ਚਾਲ ਨੇ ਜੀ ਠੀਕ ਐ ਤੁਸੀਂ ਸੁਣਾਓ ਵਧੀਆ ਜੀ ਪੰਜਾਬ ਤੋਂ ਕਿਹੜਾ ਇਲਾਕਾ ਜੀ ਲੁਧਿਆਣੇ ਰਹਿ ਆਂ ਜ਼ਿਆਦਾਤਰ ਪਰ ਮੋਹਾਲੀ ਇਲਾਕਾ ਮੋਹਾਲੀ ਇਲਾਕਾ ਜੀ ਠੀਕ ਐ ਜੀ ਐਨ ਯਾਨੀ ਸਰਕਾਰ ਦੇ ਨੇੜੇ ਰਾਜਧਾਨੀ ਦੇ ਹਾਂਜੀ ਬਿਲਕੁਲ ਬਿਲਕੁਲ ਤੇ ਕਿਵੇਂ ਲੱਗਦਾ ਜੀ ਯਾਨੀ ਰੈੱਡイヤー ਦਾ ਮਾਹੌਲ ਆਲਾ ਦਵਾਲਾ ਬਨਸਪਤੀ ਜਦੋਂ ਬਰਫ਼ ਭਰੀ ਹੁੰਦੀ ਐ ਸੋ ਆਪਣਾ ਹੋਰ ਵੀ ਜ਼ਿਆਦਾ ਹੋ ਜਾਂ ਬਹੁਤ ਵਧੀਆ ਬਹੁਤ ਵਧੀਆ ਮਾਹੌਲ ਹੈ ਮੈਨੂੰ ਤਾਂ ਇੱਥੇ 4 ਸਾਲ ਹੀ ਹੋਏ ਵੈਸੇ ਆਏ ਨੂੰ ਪਰ ਮੈਨੂੰ ਸਪੈਸ਼ਲੀ 4 ਸਾਲਾਂ ਚ ਮੈਂ ਦੇਖਿਆ ਵੀ ਬਹੁਤ ਵਧੀਆ ਮਾਹੌਲ ਹੈ ਸਾਰੇ ਲੋਕ ਮਿਲਵਲਣਸ ਆ ਰਹੇਗੇ ਆਪਣੀ ਕਮਿਊਨਿਟੀ ਹੈਗੀ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਤਕਰੀਬਨ 150 ਪਰਿਵਾਰ ਇੱਥੇ ਪੰਜਾਬੀ ਬੋਲਦੇ ਜਿਹੜੇ ਹੈਗੇ ਆ ਪੰਜਾਬ ਤੋਂ ਤੇ ਬਾਕੀ ਇਹ ਹੈਗਾ ਵੀ ਬੜਾ ਵਧੀਆ ਹੈਗਾ ਕੋਈ ਉਹ ਜਿਹੜਾ ਠੰਡ ਵਾਲਾ ਚੱਕਰ ਹੈਗਾ ਉਹ ਨਹੀਂ ਹੈਗਾ ਥੋੜਾ ਹਫਤਾ ਖਾਂ ਠੰਡ ਹੁੰਦੀ ਹੈਗੀ ਠੀਕ ਹੈ ਉਹ ਤਾਂ ਲਾਈਵ ਨਾਲ ਚੱਲਦੀ ਰਹਿੰਦੀ ਲਾਈਵ ਸਾਨੂੰ ਤਾਂ ਉੱਥੇ ਸਰੀ ਬੈਠਿਆਂ ਨੂੰ ਅੱਗੇ ਡਰਾਉਂਦੇ ਹੁੰਦੇ ਸੀ ਉੱਥੇ ਤਾਂ ਜੀ ਬਰਫ਼ ਦੇ ਵਿੱਚੋਂ 6 ਮਹੀਨੇ ਨਿਕਲ ਹੀ ਨਹੀਂ ਹੁੰਦਾ ਜਾਨੀ ਐਡਮਿੰਟਨ ਕੈਲਗਰੀ ਰੈਡੀਅਰ ਦੇ ਵਿੱਚ ਇੰਨੀ ਬਰਫ਼ ਪੈਂਦੀ ਆ ਕਿ ਲੋਕ ਘਰਾਂ 'ਚ ਹੀ ਤੜੇ ਰਹਿੰਦੇ ਇਦਾਂ ਤਾਂ ਨਹੀਂ ਕੁਝ ਬਹੁਤਾ ਆ ਨਹੀਂ ਇਦਾਂ ਦਾ ਨਹੀਂ ਹੈਗਾ ਥੋੜਾ ਮੌਸਮ ਜਿਹੜਾ ਠੰਡ ਦਾ ਲੰਬਾ ਜ਼ਰੂਰ ਇੱਥੇ ਹੈਗਾ ਪਰ ਇਹ ਹਫ਼ਤਾ 10 ਦਿਨ ਮੈਕਸਿਮਮ ਠੰਡ ਹੁੰਦੀ ਜਿਹੜੀ ਜ਼ਿਆਦਾਤਰ ਹੁੰਦੀ ਹੈ ਯਾ ਇੱਕ ਆ ਦੋ ਬਾਊਟ ਉਹ ਹਰ ਜਗ੍ਹਾ ਮੈਂ ਦੇਖਿਆ ਮੈਂ ਨਿਊ ਫਾਉਂਡਲੈਂਡ ਵੀ ਰਹਾ ਹਗਾ ਮੈਂ 온ਟਾਰੀਓ ਵੀ ਰਹਾ ਮੈਂ ਹੁਣ ਇੱਥੇ ਅਲਬਰਟਾ ਚ 4 ਸਾਲ ਹੋ ਗਏ ਮੈਨੂੰ ਇੱਥੇ ਤੇ ਮੈਂ ਦੇਖਿਆ ਵੀ ਇੱਥੇ ਦਾ ਤਕਰੀਬਨ ਆਲਮੋਸਟ ਸੇਮ ਹੀ ਹੈਗਾ ਜਿਹੜੀ ਸਨੋ ਫਾਲ ਹੈ ਉਹ ਇੱਥੇ ਕੰਪੈਰੀਟਿਵਲੀ ਘੱਟ ਹੈ ਕੰਪੇਅਰਡ ਟੂ ਨਿਊ ਫਾਉਂਡਲੈਂਡ ਨਾ ਨਿਊ ਫਾਉਂਡਲੈਂਡ ਦੇ ਵਿੱਚ ਇੱਕ ਦਿਨ ਚ ਇੰਨੀ ਸਨੋ ਪੈਂਦੀ ਜਿੰਨੀ ਇੱਥੇ ਪੂਰੇ ਸੀਜ਼ਨ ਦੇ ਚਪਨ ਲੋ ਜੀ ਸਰਦਾਰ ਸਾਹਿਬ ਨੇ ਇੱਕ ਨਾਮ ਲਿਆ ਸੀ ਨਿਊ ਫਾਉਂਡ ਲੈਂਡ ਮੈਂ ਟਿੱਪਣੀ ਚਾਹਉਣਾ ਤੁਹਾਡੇ ਸਾਰਿਆਂ ਤੋਂ ਕਿ ਆਪਾਂ ਜਾਂ ਕੈਨੇਡਾ ਆ ਗਏ ਜਾਂ ਕੋਈ ਰਿਸ਼ਤੇਦਾਰ ਕੈਨੇਡਾ ਆ ਗਿਆ ਹੁੰਦਾ ਜਾਂ ਆਪਾਂ ਪਾਸਪੋਰਟ ਅਪਲਾਈ ਕੀਤਾ ਹੁੰਦਾ ਜਾਂ ਪਾਸਪੋਰਟ ਤੇ ਬੈਠੇ ਹੁੰਦੇ ਆ ਕਿ ਭਾਈ ਕੈਨੇਡਾ ਨੂੰ ਜਾਣਾ ਹੀ ਨਿਊ ਫਾਉਂਡ ਲੈਂਡ ਸੁਣਿਆ ਕਿ ਨਹੀਂ ਸੁਣਿਆ ਜੇ ਸੁਣਿਆ ਤਾਂ ਬਹੁਤ ਵਧੀਆ ਟਿੱਪਣੀ ਕਰ ਦਿਓ ਨਹੀਂ ਸੁਣਿਆ ਤਾਂ ਕੈਨੇਡਾ ਦਾ ਨਕਸ਼ਾ ਦੇਖ ਕੇ ਤੁਹਾਨੂੰ ਲੱਭੇਉ ਜ਼ਰੂਰ ਕੀ ਹਾਲ ਚੱਲ ਨੇ ਜੀ ਕੁਸੀ ਕਾਲ ਜੀ ਇੰਨਾ ਚ ਰੈਡੀ ਹੈ ਤਿੰਨ ਸਾਲ ਤੋਂ ਉੱਪਰ ਤਿੰਨ ਸਾਲ ਤੋਂ ਉੱਪਰ ਪੰਜਾਬੀ ਭਾਈਚਾਰੇ ਨੂੰ ਛੱਡ ਲਈਏ ਤੇ ਜਿਹੜੇ ਬਾਕੀ ਭਾਈਚਾਰੇ ਨੇ ਕਿਉਂਕਿ ਜੇ 1 ਲੱਖ ਦੇ ਵਿੱਚੋਂ ਸਾਡੇ ਬੰਦੇ ਅਜੇ ਹਜ਼ਾਰ ਤੋਂ ਵੀ ਘੱਟ ਨੇ ਚੰਗੇ ਨੇ ਸਹਿਯੋਗ ਦਿੰਦੇ ਆ ਕੋਆਪਰੇਟ ਕਰਦੇ ਆ ਬਿਲਕੁਲ ਆਪਣਾ ਭਾਈਚਾਰਾ ਬੜਾ ਮਜ਼ਬੂਤ ਹੈ ਇੱਕ ਦੂਜੇ ਨੂੰ ਸਾਰੇ ਜਾਣਦੇ ਆ ਔਰ ਸਾਰੇ ਇੱਕ ਦੂਜੇ ਦੀ ਬੜੀ ਸਹਾਇਤਾ ਕਰਦੇ ਆ ਮੈਂ ਤਾਂ ਆਪ ਦੇਖਿਆ ਆਪਣੀਆਂ ਅੱਖਾਂ ਨਾਲ ਤੇ ਮੇਰੇ ਲਈ ਹਲੇ ਵੀ ਆਪਣਾ ਸ਼ਹਿਰ ਹੀ ਆ ਪਮਾਉਣ ਛੱਡ ਦਿੱਤਾ ਠੀਕ ਹੈ ਜੀ ਤੇ ਬਾਕੀ ਭਾਈਚਾਰੇ ਜਿਹੜੇ ਆ ਜਿਹੜੇ ਗੈਰ ਪੰਜਾਬੀ ਲੋਕ ਨੇ ਉਹ ਵੀ ਆਰਾਮ ਨਾਲ ਹੀ ਰਹਿੰਦੇ ਇੱਕ ਦੂਜੇ ਨਾਲ ਹਾਂ ਮੇਰਾ ਹੋਰ ਕਮਿਊਨਿਟੀ ਨਾਲ ਕੰਮ ਦੇ ਤਰ੍ਹਾਂ ਬਾਪਿਆ ਫਿਲੀਪੀਨੋ ਕਮਿਊ ਸਾਰੇ ਬੰਦ ਬੜੇ ਵਧੀਆ ਲੱਗੇ ਸ਼ਹਿਰ ਬੜਾ ਪੀਸਫੁੱਲ ਹੈ ਚਲੋ ਜੀ ਸ਼ਾਂਤੀ ਵਾਲਾ ਸ਼ਹਿਰ ਹੈ ਜੀ ਮੈਂ ਇਧਰਲੇ ਪਾਸੇ ਹੁਣ ਫੇਰ ਚੱਲਦਾ ਭਾਈ ਸਾਹਿਬ ਕੀ ਹਾਲ ਚਾਲ ਨੇ ਠੀਕ ਠਾਕ ਹਾਂ ਜੀ ਕੀ ਸ਼ੁਭਨਾਮ ਤੁਹਾਡਾ ਮੇਰਾ ਨਾਮ ਨਰੇਸ਼ਾ ਜੀ ਨਰੇਸ਼ੀ ਪੰਜਾਬ ਤੋਂ ਜਾਂ ਇੰਡੀਆ ਤੋਂ ਕਿੱਥੋਂ ਮੈਂ ਪੰਜਾਬ ਤੋਂ ਜਲੰਧਰ ਤੋਂ ਹਾਂ ਜੀ ਕੀ ਆਈ ਬਾਤਾਂ ਡੇ ਤੂੰ ਤਾਂ ਸਾਡੇ ਸ਼ਹਿਰ ਤੋਂ ਆ ਹਾਂਜੀ 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 ਸਾਡਾ ਸ਼ਹਿਰ ਜਲੰਧਰ ਜੀ ਕਿੰਨਾ ਚਿਰ ਹੋ ਗਿਆ ਜੀ ਰੈਡੀਅਰ ਮੈਂ ਜੀ 19 ਦੇ ਵਿੱਚ ਆਇਆ ਸੀ 2019 ਦੇ ਵਿੱਚ ਠੀਕ ਹੈ ਜੀ ਹਾਂਜੀ ਗੁਰੂ ਘਰ ਦੀ ਸਥਾਪਨਾ ਹੋਈ ਹੈ ਕਿਵੇਂ ਮਹਿਸੂਸ ਹੁੰਦਾ ਹੁਣ ਕਿਉਂਕਿ ਬਾਬੇ ਦੇ ਘਰ ਤਾਂ ਮਨ ਦੀ ਸ਼ਾਂਤੀ ਤਾਂ ਹੁੰਦੀ ਹੈ ਬਾਕੀ ਜੱਦੋਜਾਦ ਕਹਿੰਦੇ ਕਾफी ਕਰਨੀ ਪਈ ਗੁਰੂ ਘਰ ਬਣਾਉਣ ਦੇ ਲਈ ਹਾਂਜੀ ਜੀ ਮੈਂ ਜੀ ਮੇਰੇ ਇਨਲਾਸ ਫੈਮਿਲੀ ਐਡਮਿਟਡ ਰਹਿੰਦੇ 2018 ਦੇ ਜੇ ਮੁੱਥੇ ਆਇਆ ਸੀਗਾ ਤੇ ਇੱਥੇ ਕੰਮ ਮਿਲਿਆ ਇੱਥੇ ਆਇਆ ਤੇ ਇੱਥੇ ਜਦੋਂ ਮੈਂ ਉੱਥੇ ਰਿਹਾ ਸੀ ਉੱਥੇ ਮੈਂ 6 ਮਹੀਨੇ ਤਕਰੀਬ ਗੁਰਦੁਆਰੇ ਪੈਦਲ ਲੋਟ ਜਾਂਦਾ ਰਿਹਾ ਸੀਗਾ ਔਰ ਇੱਥੇ ਮਨ ਵਿੱਚ ਹੈਗਾ ਸੀਗਾ ਕਿ ਗੁਰਦੁਆਰਾ ਹੋਣਾ ਚਾਹੀਦਾ ਤੇ ਇੱਥੇ ਫਿਰ ਨਿਸ਼ਾਨਪਾ ਜੀ ਮਿਲੇ ਬਾਕੀ ਸਾਰੇ ਮਿਲੇ ਇਹਨਾਂ ਦੇ ਨਾਲ ਹਲਕੇ ਪ੍ਰੋਗਰਾਮ ਬਣਿਆ ਇੱਥੇ ਗੁਰਦੁਆਰੇ ਜਾਂਦੇ ਹੁੰਦੇ ਸੀ ਪਹਿਲਾਂ ਉੱ ਉਹ ਫਿਰ ਜਦੋਂ ਤੋਂ ਸੁਣਿਆ ਕਿ ਇਹ ਪ੍ਰੋਗਰਾਮ ਸ਼ੁਰੂ ਹੋ ਰਿਹਾ ਤਾਂ ਉਹ ਤਾਂ ਤਾਂ ਖੁਸ਼ੀ ਦਾ ਰਿਕਾਰਡ ਹੀ ਨਹੀਂ ਰਿਹਾ ਫਿਰ ਤਾਂ ਉਸ ਤੋਂ ਬਾਅਦ ਮਨ ਚ ਆਇਆ ਕਿ ਇੱਕ ਵਾਰੀ ਖੋਲ ਜਾਏ ਮੈਂ ਸਵੇਰੇ 4 ਵਜੇ ਰੋਜ਼ ਹੀ ਆਇਆ ਕਰਾਂਗਾ ਚਲੋ ਇਹ ਬੜੀ ਚੰਗੀ ਭਾਵਨਾ ਹੈ ਜੀ ਕਿਉਂਕਿ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਜਿੱਡੀ ਇੱਕ ਦੌੜ ਲੱਗੀ ਹੁੰਦੀ ਹੈ ਡਾਲਰਾਂ ਦੀ ਉਹਦੇ ਵਿੱਚ ਮਨ ਦੀ ਸ਼ਾਂਤੀ ਤੇ ਗੁਰੂ ਘਰ ਤੋਂ ਮਿਲਦੀ ਹੈ ਬਿਲਕੁਲ ਜੀ ਬਿਲਕੁਲ ਮਨ ਦੀ ਸ਼ਾਂਤੀ ਗੁਰੂ ਘਰ ਇਹ ਜਿਹੜੀ ਆਪਣਾ ਜਿਹੜਾ ਪੈਸਾ ਹੈਗਾ ਇਹ ਤਾਂ ਚਲੋ ਰੀਤ ਹੀ ਮਿਹਨਤ ਹੈ ਲੇਕਿਨ ਜਿਹੜੀ ਆਤਮਾ ਦੀ ਖੁਰਾਕ ਹੈ ਇਹ ਤਾਂ ਪਰਮਾਤਮਾ ਤੋਂ ਹੀ ਮਿਲਦੀ ਹੈ ਜੀ ਵਿਦੇਸ਼ ਦੇ ਵਿੱਚ ਆ ਕੇ ਜਿਹੜੀ ਸਭ ਤੋਂ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੁੰਦਾ ਕਿ ਠੀਕ ਆਪਣੀ ਯੋਗਤਾ ਦੇ ਮੁਤਾਬਕ ਕੰਮ ਲੱਭਣਾ ਤੇ ਜਦੋਂ ਨਵੇਂ-ਨਵੇਂ ਆਉਨੇ ਆ ਤੇ ਉਦੋਂ ਇਹ ਵੀ ਨਹੀਂ ਪਤਾ ਹੁੰਦਾ ਕਿ ਇੱਕ ਪਾਸੇ ਅਸੀਂ ਕੰਮ ਕਰਨ ਨੂੰ ਤਿਆਰ ਹੁੰਨੇ ਆ ਤੇ ਦੂਸਰੇ ਪਾਸੇ ਹੋ ਸਕਦਾ ਹੈ ਕਿ ਥੋੜੀ ਸ਼ੁਰੂਆਤੀ ਦੌਰ ਦੇ ਵਿੱਚ ਜੇ ਮੁਸ਼ਕਲਾਂ ਹੱਲ ਹੋ ਜਾਣ ਤਾਂ ਪ੍ਰਦੇਸ਼ ਪ੍ਰਦੇਸ਼ ਨਹੀਂ ਲੱਗਦਾ ਫਿਰ ਆਪਣਾ ਦੇਸ਼ ਲੱਗਦਾ ਹੈ ਤੇ ਰੈਡੀਅਰ ਦੇ ਵਿੱਚ ਅੱਜ ਬੈਠੇ ਆ ਕਿਉਂਕਿ ਮੁਕਾਬਲਤਨ ਥੋੜਾ ਜਿਹਾ ਛੋਟਾ ਸ਼ਹਿਰ ਹੈ ਪੰਜਾਬੀਆਂ ਦੀ ਵਸੋਂ ਥੋੜੀ ਜੀ ਘੱਟ ਹੈ ਪਰ ਇਹਦੇ باوجود ਵੀ ਇੱਕ ਮੈਨੂੰ ਲੱਗਦਾ ਕਿ ਬਹੁਤ ਸਨੇਰੀ ਜਿਹਾ ਮੌਕਾ ਇੱਥੇ ਆ ਕੇ ਮਿਲ ਸਕਦਾ ਜੇ ਤੁਸੀਂ ਨਵੇਂ ਇੱਥੇ ਆਓ ਕੋਈ ਕੰਮ ਲੱਭਣ ਦੀ ਕੋਸ਼ਿਸ਼ ਕਰੋ ਤਾਂ ਕਿਹੜੇ ਚਾਂਸਸ ਨੇ ਕੀ ਮੌਕੇ ਨੇ ਉਹਦੇ ਸਬੰਧ ਦੇ ਵਿੱਚ ਆਪਾਂ ਪਵਨਦੀਪ ਚਾਹਲ ਹੁਰਾਂ ਦੇ ਨਾਲ ਗੱਲਬਾਤ ਕਰਦੇ ਆ ਪਵਨਦੀਪ ਚਾਹਲ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਸਸਿਕਾ ਥੈਂਕ ਯੂ ਜੀ ਥੈਂਕ ਯੂ ਵੀਰ ਜੀ ਪਹਿਲਾਂ ਤਾਂ ਬਹੁਤ ਬਹੁਤ ਵੈਲਕਮ ਪ੍ਰਾਈਮ ਏਸ਼ੀਆ ਟੀਵੀ ਦੀ ਟੀਮ ਤੇ WhatsApp ਨੂੰ ਮੈਂ ਆਲਰੇਡੀ ਇਹਨਾਂ ਨੂੰ ਪਹਿਲਾਂ ਵੀ ਕਹਿ ਚੁੱਕੀ ਹਾਂ ਵੀ ਸਾਨੂੰ ਵੀ ਆਰ ਸੋ ਬlesed ਸਾਨੂੰ ਬੜੀ ਖੁਸ਼ੀ ਹੋਈ ਹੈ ਵੀ ਰੈਡੀਆ ਵਿੱਚ ਗੁਰਦੁਆਰਾ ਖੁੱਲ ਗਿਆ ਤੇ ਤੁਹਾਡੀ ਟੀਮ ਆਲਰੇਡੀ ਇੱਥੇ ਆ ਗਈ ਆ ਤੁਸੀਂ ਜਿੱਥੇ ਵੀ ਜਾਂਦੇ ਹੋ ਸੀ ਹਮੇਸ਼ਾ ਤੁਹਾਡੇ ਸ਼ੋਅਸ ਦੇਖਦੇ ਆ ਤੁਸੀਂ ਬੜੀ ਅੱਛੀ ਕਵਰੇਜ ਕਰਦੇ ਹੋ ਤੁਸੀਂ ਆਪਣੇ ਕਮਿਊਨਿਟੀ ਦੇ ਲੋਕਾਂ ਨੇ ਜਿੱਥੇ-ਜਿੱਥੇ ਆਪਣੀਆਂ ਅਚੀਵਮੈਂਟਸ ਕੀਤੀਆਂ ਕਿਦਾਂ ਆਪਣਾ ਸਟਰਗਲ ਕੀਤਾ ਉਹਨੂੰ ਤੁਸੀਂ ਸ਼ੇਅਰ ਕਰਕੇ ਸੋ ਇੱਕ ਪਲੇਟਫਾਰਮ ਹੁੰਦਾ ਵਾ ਜਿਹਦੇ ਥਰੂ ਅਸੀਂ ਲੋਕਾਂ ਨੂੰ ਮੋਟੀਵੇਟ ਕਰ ਸਕਦੇ ਆ ਮੈਂ ਥੋੜੀ ਜਿਹੀ ਆਪਣੀ ਬੈਕਗ੍ਰਾਉਂਡ ਬਾਰੇ ਦੱਸਾਂਗੀ ਐਂਡ ਫਿਰ ਮੈਂ ਦੱਸਾਂਗੀ ਕਿ ਵੀ ਰੈਡੀਅਰ ਕਿੱਦਾਂ ਆਉਣਾ ਹੋਇਆ ਮੈਂ ਬੈਕ ਹੋਮ ਮੈਂ 6 ਇਅਰਸ ਮਾਸਟਰ ਡਿਗਰੀ ਕੀਤੀ ਆ ਕੰਪਿਊਟਰ ਐਪਲੀਕੇਸ਼ਨ ਚ ਐਂਡ ਮੈਂ ਐਸੋਸੀਏਟ ਪ੍ਰੋਫੈਸਰ ਤੇ ਹੈੱਡ ਆਫ ਕੰਪਿਊਟਰ ਡਿਪਾਰਟਮੈਂਟ ਰਹੀ ਹਾਂ ਮੈਂ ਦੇਸ਼ ਭਗਤ ਇੰਜੀਨੀਅਰਿੰਗ ਕਾਲਜ ਜੇ ਪੜਾਇਆ ਖਾਸਾ ਕਾਲਜ ਊਮਨ ਬੇਬੀ ਨਾਨ ਕੀ ਤਾਰੀਵਾਲ ਡਿਸਟ੍ਰਿਕਟ ਗੁਰਦਾਸਪੁਰ ਤੇ ਤੇ ਮੇਰਾ 9 ਇਅਰਸ ਦਾ ਐਕਸਪੀਰੀਅੰਸ ਸੀ ਤੇ ਅਸੀਂ ਪਰਮਨੈਂਟ ਬੇਸਿਸ ਤੇ ਉੱਪਰ ਇੱਥੇ ਕੈਨੇਡਾ ਮੂਵ ਹੋਏ ਸੀ ਤੇ ਸਟਾਰਟਿੰਗ ਚ ਵੀ ਮੂਵਡ ਇਨ 2013 ਨਵੰਬਰ ਚ ਤੇ ਇਨੀਸ਼ially ਬਹੁਤ ਔਖਾ ਟਾਈਮ ਦੇਖਿਆ ਬਟ ਬਹੁਤ ਜ਼ਿਆਦਾ ਵੀ ਨਹੀਂ ਦੇਖਿਆ ਸੋ ਮੈਂ ਕੋਈ ਬਹੁਤ ਉਹ ਨਹੀਂ ਕਵਾਂਗੀ ਬਸ ਹਮੇਸ਼ਾ ਸਾਰਿਆਂ ਨੂੰ ਕਹਿੰਦੀ ਹੁੰਨੀ ਆਂ ਵੀ ਲਾਈਕ ਬੀ ਫੀਲ ਸੈਟੀਸਫਾਈਡ ਖੁਸ਼ ਹੋਣਾ ਸਿੱਖੋ ਤੇ ਪੋਜ਼ਿਟਿਵ ਰਹਿਣਾ ਸਿੱਖੋ ਤੇ ਚੰਗੀਆਂ ਸਟੋਰੀਆਂ ਸ਼ੇਅਰ ਕਰਿਆ ਕਰੋ ਜਿਹੜੇ ਕਿ ਜਿੱਦਾਂ ਪ੍ਰਾਈਮੇਸ਼ੀਆ ਟੀਵੀ ਦੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਆ ਤੇ ਮੈਂ ਆਪਣੀ ਇੱਥੇ ਮੇਰੀ ਪਹਿਲੀ ਜੌਬ ਤਾਂ ਕਸਟਮਰ ਸਰਵਿਸ ਦੀ ਸੀ ਮੈਂ ਰੈਡੀਆ ਕਾਲਜ ਕੈਫੇਟੇਰੀਆ ਵਿੱਚ ਕਸਟਮਰ ਸਰਵਿਸ ਦੀ ਜੌਬ ਕੀਤੀ ਐਂਡ ਕਈ ਜਣੇ ਬਹੁਤ ਖੁਸ਼ ਹੁੰਦੇ ਸੀ ਕਈ ਜਣੇ ਕਹਿ ਦਿੰਦੇ ਸੀ ਮੈਡਮ ਤੁਸੀਂ ਤਾਂ ਪ੍ਰੋਫੈਸਰ ਸੀ ਪੀਜ਼ੇ ਵੇਚੀ ਜਾਂਦੇ ਹੋ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਚਲੋ ਅੱਜ ਮੈਂ ਪੀਜ਼ੇ ਜੇ ਦੇ ਰਹੀ ਹੂੰ ਵੀ ਸਟੂਡੈਂਟਸ ਨੂੰ ਦੇ ਰਹੀ ਆ ਕਿਉਂਕਿ ਟੀਚਿੰਗ ਮੇਰੇ ਵਾਸਤੇ ਹਮੇਸ਼ਾ ਪੈਸ਼ਨ ਸੀ ਤੇ ਪ੍ਰਮਾਤਮਾ ਦੀ 은ਦੀ ਮਿਹਰ ਹੋਈ ਕਿ ਮੈਂ 6-7 ਮਹੀਨੇ ਉੱਥੇ ਜੌਬ ਕੀਤੀ ਤੇ ਕਾਫੀ ਸਟੂਡੈਂਟਸ ਸੀ ਜਿਹੜੇ ਮੇਰੇ ਉੱਥੇ ਪਾਰਟਨਰਸ਼ਿਪ ਦੇ ਵਿੱਚ ਆ ਕੇ ਮੈਂ ਉਹਨਾਂ ਨੂੰ ਸਰਵਿਸਿਜ਼ ਦੇਣ ਲੱਗੀ ਮੈਂ ਉਸ ਕੈਫੇਟੇਰੀਏ ਦੇ ਨਾਲ ਪਾਰਟਨਰਸ਼ਿਪ ਕਰ ਲਈ এমਪਲੋਇਮੈਂਟ ਦੀ ਤੇ ਮੈਂ ਆਪਣੀ ਜੋਬ ਐਜ਼ ਅ এমਪਲॉयਮੈਂਟ ਪ੍ਰੈਕটিশਨਰ ਸਟਾਰਟ ਕੀਤੀ ਕੌਸਮੋਸ ਕਮਿਊਨਿਟੀ سپورਟ ਸਰਵਿਸਿਜ਼ ਨਾ ਜੋ ਕਿ 50 ਸਾਲ ਪੁਰਾਣੀ ਕੰਪਨੀ ਆ ਤੇ ਇਸ ਕੰਪਨੀ ਦੇ ਵਿੱਚ ਇਹਨਾਂ ਕੋ ਡਿਸੇਬਿਲਟੀ ਡਿਪਾਰਟਮੈਂਟ ਆ এমਪਲॉयਮੈਂਟ ਡਿਪਾਰਟਮੈਂਟ ਆ ਕੰਪਿਊਟਰ ਲਰਨਿੰਗ ਸੈਂਟਰ ਆ ਲਾਈਫ ਸਕਿਲਸ ਤੇ ਪ੍ਰੋਗਰਾਮ ਆ ਬੋਟਲ ਡਿਪੂ ਆ ਗਰੁੱਪ ਹਾਊਮ ਆ ਤੇ ਉਹਦੇ ਵਿੱਚ ਲਾਈਕ ਮੇਰੇ ਲਈ ਬਹੁਤ ਵੱਡੀ ਅਚੀਵਮੈਂਟ ਸੀ ਕਿ ਜਿਸ ਕੰਟਰੀ ਦੇ ਵਿੱਚ ਮੈਂ ਖੁਦ ਆ ਕੇ ਜੋਬ ਲੱਭ ਰਹੀ ਆ ਉੱਥੇ ਪਰਮਾਤਮਾ ਮੈਨੂੰ ਇੱਕ ਮੌਕਾ ਦੇ ਰਿਹਾ ਵਾ ਬਹੁਤ ਸਾਰੇ ਲੋਕਾਂ ਨੂੰ ਜੌਬਾਂ ਵਾਸਤੇ ਇੱਕ ਚੀਜ਼ ਹੋਰ ਜਿਸ ਕਿ ਕੋਈ ਬੰਦਾ ਹੁਣ ਨਵਾਂ ਇੱਥੇ ਆਉਂਦਾ ਹੈ ਹਾਂਜੀ ਕੋਈ ਤਾਂ ਹੋ ਸਕਦਾ ਕਿ ਤੁਹਾਡੇ ਸਕਿਲਡ ਹੋਵੇ ਉਹ ਕਿਸੇ ਕੰਮ ਦੇ ਵਿੱਚ ਮੁਹਾਰਤ ਰੱਖਦਾ ਹੋਵੇ ਕੋਈ ਡਿਗਰੀਆਂ ਡਿਪਲੋਮੇ ਹੋਣ ਕੋਈ ਹੋ ਸਕਦਾ ਕਿ ਸਕਿਲਡ ਨਹੀਂ ਹੈਗਾ ਜੇ ਕੋਈ ਸਕਿਲਡ ਬੰਦਾ ਇੱਥੇ ਆਉਂਦਾ ਉਹ ਵੀ ਤੁਹਾਡੇ ਤੱਕ ਪਹੁੰਚ ਕਰ ਸਕਦਾ ਤੇ ਜੇ ਕੋਈ ਅਨਸਕਿਲਡ ਹੈਗਾ ਉਹ ਜੇ ਸਿੱਖਣਾ ਚਾਹੁੰਦਾ ਕੋਈ ਪ੍ਰੋਗਰਾਮ ਕਰਨਾ ਚਾਹੁੰਦਾ ਪਰ ਉਹਦੇ ਕੋਲ ਡਾਲਰ ਵੀ ਹੈ ਨਹੀਂ ਬਹੁਤੇ ਉਹਦੇ ਲਈ ਕੀ ਓਪਰਚ्युनिटी ਹੋ ਸਕਦੀ ਹੈ ਇਹ ਬੜਾ ਅੱਛਾ ਕੁਐਸਚਨ ਕੀਤਾ ਕਿਉਂਕਿ ਕਾਫੀ ਲੋਕਾਂ ਨੇ ਮਾਈਂਡ ਚ ਇਹ ਹੋਈ ਹੁੰਦਾ ਵਾ ਖਾਸ ਕਰਕੇ ਆਮ ਲੋਕੀ ਕਹਿ ਦਿੰਦੇ ਨੇ ਵੀ ਪੜੇ ਲਿਖਿਆ ਦਾ ਕੁਝ ਨਹੀਂ ਬੰਦਾ ਕੈਨੇਡਾ 'ਚ ਤੇ ਮੈਂ ਕਹਿਣਾ ਚਾਹਨੀ ਆ ਵੀ ਸਾਰਿਆਂ ਦਾ ਬੰਦਦਾ ਵਾ ਜਿਹਦੇ ਕੋਲ ਜਿੱਦਾਂ ਦੀ ਸਕਿੱਲ ਹੁੰਦੀ ਆ ਅਸੀਂ ਉਦਾਂ ਦੀ ਸਕਿੱਲ ਯੂਜ਼ ਕਰਕੇ ਫੋਰ ਐਗਜ਼ਾਮਪਲ ਜੇ ਤੁਸੀਂ ਸਿਰਫ ਹਾਈ ਸਕੂਲ ਹੋ ਜਾਂ ਗ੍ਰੇਡ 10 ਹੋ ਮੇਰੇ ਕੋਲ ਬਹੁਤ ਸਾਰੀਆਂ ਵਰਕਸ਼ਾਪਸ ਤੇ ਟ੍ਰੇਨਿੰਗਸ ਹੁੰਦੇ ਛੋਟੇ ਛੋਟੇ ਸਰਟੀਫਿਕੇਟ ਕੋਰਸੇ ਹੁੰਦੇ ਆ ਜਿੱਦਾਂ ਕਸਟਮਰ ਸਰਵਿਸ ਆ ਕਿਸੇ ਨਾਲ ਗੱਲ ਕਿੱਦਾਂ ਕਰਨੀ ਆ ਕਿਸੇ ਨੂੰ ਅਸੀਂ ਰਿਸਪੈਕਟਫੁਲੀ ਕਾਈਂਡਲੀ ਕਿੱਦਾਂ ਗੱਲ ਕਰਨੀ ਆ ਆਪਾਂ ਗ੍ਰੀਟਿੰਗਸ ਕਿੱਦਾਂ ਕਰਨੀਆਂ ਐਕਸਕਿਊਜ਼ ਮੀ ਕਿੱਦਾਂ ਕਹਿਣਾ ਬੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਆ ਉਹਦੇ ਵਾਸਤੇ ਯੂ ਨੀਡ ਨਾਟ ਕੋਈ ਬੈਚਲਰ ਦੀ ਡਿਗਰੀ ਜਾਂ ਮਾਸਟਰ ਦੀ ਤੁਹਾਨੂੰ ਕੰਪਿਊਟਰ ਸਕਿੱਲਸ ਆਣੀਆਂ ਚਾਹੀਦੀਆਂ ਬੇਸਿਕ ਫਿਰ ਤੁਹਾਡੇ ਕੋਈ ਇੱਕ ਅੱਛਾ ਰੈਜ਼ੂਮੇ ਹੋਣਾ ਚਾਹੀਦਾ ਫਿਰ ਤੁਹਾਨੂੰ ਇੰਟਰਵਿਊ ਦੀ ਕੋਈ ਤਿਆਰੀ ਕਰਾਵੇ ਫਿਰ ਇੱਕ ਹੋਰ ਵੀ ਬੜੀ ਪ੍ਰੋਬਲਮ ਆਂਦੀ ਆ ਕਮਿਊਨੀਕੇਸ਼ਨ ਗੈਪ ਸਾਡੇ ਇੰਗਲਿਸ਼ ਆਂਦੀ ਹੁੰਦੀ ਸਾਰਿਆਂ ਨੂੰ ਬਸ ਡਰਦੇ ਨੇ ਸਾਰੇ ਸੋ ਉਹ ਜੇ ਗੈਪ ਆਪਾਂ ਛੋਟੇ ਛੋਟੇ ਮੈਉਥੇ ਕੋਰਸੇ ਵੀ ਕਰਾਨੀਆਂ ਵਰਕਸ਼ਾਪਸ ਵੀ ਡਿਵੈਲਪ ਕਰਦੀਆਂ ਮੈਂ ਹੁਣ ਤੱਕ ਮੇਰਾ ਥਿਸ ਇਜ਼ ਮਾਈ 8th ਇਅਰ ਮੈਂ 800 ਤੋਂ ਵੱਧ ਲੋਕਾਂ ਨੂੰ ਸਰਵਿਸਿਸ ਇਸ ਸ਼ਹਿਰ ਦੇ ਵਿੱਚ ਹੀ ਦੇ ਚੁੱਕੀ ਆ ਤੇ ਮੈਨੂੰ ਲਾਈਕ ਜਦੋਂ ਅਸੀਂ ਨਵੇਂ-ਨਵੇਂ ਆਏ ਸੀ ਸਾਨੂੰ ਕਾਫੀ ਲੋਕ ਕਹਿੰਦੇ ਸੀ ਕਿ ਤੁਸੀਂ ਰੈਡੀਅਰ ਕਿਉਂ ਆਏ ਹੋ ਇੱਥੇ ਤਾਂ ਪੰਜਾਬੀ ਆਉਂਦੇ ਨਹੀਂ ਤੁਸੀਂ ਕਿਉਂ ਆ ਗਏ ਹੋ ਇੱਥੇ ਤੇ ਗੁਰਦੁਆਰਾ ਹੈ ਨਹੀਂ ਆ ਸੋ ਮੈਂ ਉਹਨਾਂ ਇੱਕ ਚੀਜ਼ ਜ਼ਰੂਰ ਕਹੀ ਸੀ ਉਸ ਦਿਨ ਤੇ ਅੱਜ ਮੈਂ ਬਹੁਤ ਵਧੀਆ ਫੀਲ ਆਈ ਐਮ ਲੀਟਰਲੀ ਇਮੋਸ਼ਨਲ ਮਨਨ ਕਿਹਾ ਸੀ ਵੀ ਮੈਂ ਜਿਸ ਡਿਪਾਰਟਮੈਂਟ 'ਚ ਕੰਮ ਕਰਦੀ ਆ ਮੈਨੂੰ ਲੋਕ ਇੰਨੀਆਂ ਸ਼ੀਸਾਂ ਦੇ ਕੇ ਜਾਂਦੇ ਆ ਜਦੋਂ ਕਿਸੇ ਨੂੰ ਜੌਬ ਮਿਲਦੀ ਆ ਤਾਂ ਮੈਨੂੰ ਲੱਗਦਾ ਹੁੰਦਾ ਮੈਂ ਗੁਰੂਕਾਰੀ ਸੇਵਾ ਕਰ ਰਹੀ ਆ ਸੋ ਇਸ ਕਰਕੇ ਜੌਬਸ ਇਜ਼ੀ ਆ ਮੈਂ ਦੋ ਹੋਰ ਆਰਗੇਨਾਈਜੇਸ਼ਨਸ ਨੇ ਜਿੱਥੇ ਮੈਂ ਇੱਕ ਟ੍ਰਾਂਸਲੇਟਰ ਦੇ ਇੰਟਰਪ੍ਰੀਟਰ ਦਾ ਕੰਮ ਕਰਦੀ ਆ ਇੱਕ ਮੈਂ ਇਮੀਗ੍ਰੈਂਟਸ ਦੇ ਰਿਲੇਟਿਡ ਜਿਹੜੇ ਵੀ ਨਿਊ ਕਮਰਸ ਆਉਂਦੇ ਫਰੋਮ ਐਨੀ ਕੰਟਰੀ ਉਹਦੇ ਵਿੱਚ ਮੈਂ ਬੋਰਡ ਮੈਂਬਰ ਆ ਉੱਥੇ ਸਾਡੇ ਕੋਲ ਪ੍ਰੋਗਰਾਮਸ ਹੁੰਦੇ ਨੇ ਕੋਈ ਰਾਈਡਵੇ ਆਇਆ ਵਾ ਹਰ ਕੋਈ ਕੋਈ ਜਵਾਬ ਨਹੀਂ ਆ ਉਹ 6 ਤੋਂ 8 ਵੀਕਸ ਟ੍ਰੇਨਿੰਗ ਦੇ ਨਾਲ ਮਿਨੀਮਮ ਵੇਜ ਪੇ ਕਰਦੇ ਨੇ 15 ਡਾਲਰ ਪੇ ਕਰਦੇ ਨੇ ਦੈਟਸ ਅ ਸਰਪ੍ਰਾਈਜ਼ ਲੋਕਾਂ ਨੂੰ ਇਹ ਚੀਜ਼ਾਂ ਬਿਲਕੁਲ ਨਹੀਂ ਨੋਲੇਜ ਸੋ ਮੈਂ ਜਿੱਦਣ ਦੀ ਗੁਰਦੁਆਰੇ ਆ ਰਹੀ ਆ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਵੀ ਮੈਂ ਨਾ ਤੇ ਕੋਈ ਮਾਰਕੀਟਿੰਗ ਕਰ ਰਹੀ ਆ ਨਾ ਕੋਈ ਕਮਿਸ਼ਨ ਟੋਟਲੀ ਫ੍ਰੀ ਸਰਵਿਸ ਆ ਬਸ ਤੁਸੀਂ ਫੋਨ ਕਰਨਾ ਅਪਾਇੰਟਮੈਂਟ ਬੁੱਕ ਕਰਨੀ ਸਾਡੇ ਨਾਲ ਬਾਕੀ ਸਾਰਾ ਮੈਂ ਤੁਹਾਨੂੰ ਟ੍ਰੇਨਿੰਗ ਪੜਾਵਾਂਗੀ ਤੇ ਅਸੀਂ ਏਮਪਲॉयਰਸ ਦੇ ਨਾਲ ਵੀ ਭਾਜੀ ਪਾਰਟਨਰਸ਼ਿਪ ਕੀਤੀ ਆ ਜਿੱਦਾਂ ਕਿਸੇ ਦੀਆਂ ਸਕਿੱਲਸ ਹੋ ਰੈਸਟੋਰੈਂਟ 'ਚ ਕੰਮ ਕਰ ਸਕਦਾ ਉਹਨੂੰ ਅਲਬਰਟਾ ਹੈਲਥ ਸਰਵਿਸਿਜ਼ ਦੇ ਫੂਡ ਸੇਫਟੀ ਦੇ ਫ੍ਰੀ ਆਨਲਾਈਨ ਕੋਰਸ ਪਏ ਨੇ ਪੀਪਲ ਆਰ ਨਾਟ ਅਵੇਅਰ ਆਫ ਫਾਰ ਥੈਟ ਅਚੀ ਇਟ ਮੀਨ ਦਿਸ ਮੰਨ ਲਓ ਕੋਈ ਬੰਦਾ ਨਵਾਂ ਆ ਗਿਆ ਉਹਦੇ ਕੋਲੇ ਕੰਮ ਕਰਨ ਦਾ ਇਥੇ ਪਰਮਿਟ ਹੈਗਾ ਉਹ ਕਰ ਸਕਦਾ ਲੀਗਲੀ ਕੰਮ ਪਰ ਉਹ ਕੋ ਕੰਮ ਹੈ ਨਹੀਂ ਜਿੱਦਾਂ ਤੁਸੀਂ ਕਿੰਨੇ ਕੋ ਟ੍ਰੇਨਿੰਗ ਵੀ ਦਿੰਦੇ ਨੇ ਪੈਸੇ ਵੀ ਦਿੰਦੇ ਨੇ ਸੰਪਰਕ ਕਿਦਾਂ ਕਰਨ ਟੈਲੀਫੋਨ ਕਿਹੜਾ ਨੰਬਰ ਕਿਹੜਾ ਡਾਇਲ ਕਰਨ ਸੋ ਮੈਂ ਅੱਜ ਗੁਰਦੁਾਰੇ ਵੀ ਕਾਰਡ ਰੱਖ ਕੇ ਚੱਲੀ ਆ ਮੈਂ ਆਪਣੇ ਡਿਪਾਰਟਮੈਂਟ ਦੇ ਫਲਾਇਰ ਵੀ ਲੈ ਕੇ ਆਈ ਆ ਪਰ ਤੁਸੀਂ ਸਿਰਫ ਇੱਕ ਮੇਰਾ ਆਫਿਸ ਦਾ ਨੰਬਰ ਆ 4033430715 ਤੇ ਮੇਰੀ ਡਾਇਰੈਕਟ ਐਕਸਟੈਂਸ਼ਨ ਆ 228 ਤੇ ਤੁਸੀਂ ਉੱਥੇ ਜੇ ਬਾਈ ਚਾਂਸ ਕੋਈ ਮੇਨ ਲਾਈਨ ਤੋਂ ਚੁੱਕਦਾ ਤਾਂ ਯੂ ਜਸਟ ਨੀਡ ਟੂ ਸੇ ਕੈਨ ਵੀ ਟਾਕ ਟੂ ਭਵਨਦੀਪ ਤੇ ਉਹ ਮੈਨੂੰ ਡਾਇਰੈਕਟ ਟ੍ਰਾਂਸਫਰ ਕਰ ਦੇਣਗੇ ਬਾਕੀ ਮੈਂ ਗੁਰਦੁਆਰੇ ਹੋਰ ਫਲਾਇਰ ਲੈ ਕੇ ਆਵਾਂਗੀ ਜਿੰਨੇ ਵੀ ਜ਼ਿਆਦਾ ਅਸੀਂ ਲੋਕਾਂ ਨੂੰ ਅਪਰੋਚ ਕਰ ਸਕਦੇ ਆ ਹੈਲਪ ਕਰ ਸਕਦੇ ਆ ਕਿਉਂਕਿ ਜਦੋਂ ਅਸੀਂ ਇਸ ਕੰਟਰੀ 'ਚ ਆਏ ਆ ਜੋ ਜੋਬ ਵਾ ਤੇ ਫਿਰ ਸਾਰਾ ਕੁਝ ਆ ਫਿਰ ਸੈਟੀਸਫੈਕਸ਼ਨ ਵੀ ਆ ਫਿਰ ਖੁਸ਼ੀ ਵੀ ਆ ਸਾਰੇ ਫਿਰ ਪਰਿਵਾਰਾਂ ਦਾ ਦਿਲ ਵੀ ਲੱਗਦਾ ਵਾ ਹਾਂਜੀ ਤੇ ਮੈਂ ਉਮੀਦ ਕਰਦਾ ਕਿ ਜੇ ਤੁਸੀਂ ਰੈਡੀਅਰ ਦੇ ਵਿੱਚੋਂ ਆਸ-ਪਾਸ ਦੇ ਕਿਉਂਕਿ ਥੋੜੇ ਥੋੜੇ ਛੋਟੇ ਛੋਟੇ ਪਿੰਡ ਵੀ ਹੈਗੇ ਆ ਉੱਥੇ ਵੀ ਪੰਜਾਬੀ ਰਹਿੰਦੇ ਆ ਨਵਾਂ ਬੰਦਾ ਆਇਆ ਕਈ ਵਾਰੀ ਪਟਕਦਾ ਰਹਿੰਦਾ ਤੁਹਾਡੇ ਕਨੈਕਸ਼ਨ ਦੋ ਲੋਕਾਂ ਨਾਲ ਹੁੰਦੇ ਆ ਚਾਰ ਲੋਕਾਂ ਨਾਲ ਹੁੰਦੇ ਆ ਆਪਾਂ ਆਪਣਾ ਬੰਦਾ ਦੇਖ ਕੇ ਨੂੰ ਪੁੱਛਨੇ ਕਿਤੇ ਕੰਮ ਹੈਗਾ ਤਾਂ ਫਿਰ ਇਹ ਨੰਬਰ ਡਾਇਲ ਕਰਕੇ ਐਕਸਟੈਂਸ਼ਨ ਨੰਬਰ ਡਾਇਲ ਕਰਕੇ ਪਵਨਦੀਪ ਚਾਹਲ ਹੁਰਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰਿਓ ਹੋ ਸਕਦਾ ਸਕਿੱਲ ਜੇ ਤੁਹਾਡੇ ਕੋਲ ਨਹੀਂ ਹੈ ਤਾਂ ਸਕਿੱਲ ਹੀ ਤੁਹਾਨੂੰ ਆ ਜਾਏ ਕਿਤੇ ਨਾ ਕਿਤੇ ਟ੍ਰੇਨਿੰਗ ਕੋਈ ਹੋ ਜਾਏ ਤੇ ਨਹੀਂ ਤਾਂ ਕੰਮ ਕਰਦਾ ਤਾਂ ਕੋਈ ਨਾ ਕੋਈ ਬੰਨ ਸ਼ੁਭ ਜਿਹੜਾ ਉਹ ਬਾਣੀ ਜਾਊਗਾ ਸਭ ਤੋਂ ਵੱਡੀ ਸਮੱਸਿਆ ਕੰਮ ਦੀ ਹੁੰਦੀ ਹੈ ਉਹ ਹੱਲ ਹੋ ਜਾਏ ਤਾਂ ਫਿਰ ਕੈਨੇਡਾ ਕੈਨੇਡਾ ਲੱਗਣ ਲੱਪੇ ਬਹੁਤ ਵਧੀਆ ਲੱਗਦਾ ਜੀ ਕੈਨੇਡਾ ਵੀ ਬਹੁਤ ਅੱਛਾ ਲੱਗਦਾ ਮੈਂ ਇਥੇ ਇੱਕ ਗੱਲ ਹੋਰ ਐਡ ਆਨ ਕਰਨਾ ਚਾਹਾਂਗੀ ਕਈ ਵਾਰ ਕਹਿ ਦਿੰਦੇ ਨੇ ਵੀ ਪੇਰੈਂਟਸ ਦਾ ਨਹੀਂ ਦਿਲ ਲੱਗਦਾ ਬੱਚਿਆਂ ਦਾ ਨਹੀਂ ਦਿਲ ਲੱਗਦਾ ਬੱਚੇ ਪੇਰੈਂਟਸ ਨੂੰ ਰਿਸਪੈਕਟਫੁਲ ਨਹੀਂ ਆ ਜਾਂ ਪੇਰੈਂਟਸ ਬੱਚਿਆਂ ਲਈ ਕੋਆਪਰੇਟ ਨਹੀਂ ਆ ਏ ਮੇਰੇ ਮਦਰ ਇਨ ਲਾ ਪਰ ਮੇਰੀ ਸਾਰੀ ਕੰਪਨੀ ਨੂੰ ਲੱਗਦਾ ਮੈਂ ਆਪਣੇ ਮਮ ਡੈਡ ਨਾਲ ਰਹਿੰਦੀ ਆ ਮੇਰੇ ਲਈ ਉਹ ਬਹੁਤ ਵੱਡਾ ਕੰਪਲੀਮੈਂਟ ਆ ਜੇ ਮੇਰੀ ਮਮ ਨੂੰ ਕੋਈ ਵੀ ਪੁੱਛੇ ਵੀ ਪੰਜ ਜੀ ਤੁਹਾਡਾ ਦਿਲ ਲੱਗ ਗਿਆ ਸੋ ਇਹਨਾਂ ਦੇ ਕੋ ਅਨਸਰ ਹੁੰਦਾ ਦਿਲ ਬੱਚਿਆਂ ਨਾਲ ਲੱਗਦਾ ਜਿੱਥੇ ਸਾਡਾ ਪਰਿਵਾਰ ਆ ਅਸੀਂ ਬਹੁਤ ਇੰਜੋਏ ਕਰਦੇ ਆ ਮੰਮੀ ਪਾਪਾ ਨੇ ਬੇਟੀ ਆ ਇਹਨਾਂ ਨੂੰ ਇੰਗਲਿਸ਼ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਸਿਖਾਉਂਦੀ ਆ ਐਕਸਕਿਊਜ਼ ਮੀ ਕਿੱਦਾਂ ਕਹਿਣਾ ਡੋਰ ਕਿੱਦਾਂ ਲਾਈਨ ਚ ਕਿੱਦਾਂ ਖਲੋਣਾ ਤੇ ਜਦੋਂ ਫੈਮਿਲੀ ਦੀ سپورਟ ਤੇ ਕੋਆਪਰੇਸ਼ਨ ਹੋਵੇ ਅਸੀਂ 3.5 ਸਾਲ 4 ਸਾਲ ਇਕੱਲੇ ਰਹੇ ਆ ਸਾਨੂੰ ਪਤਾ ਫੈਮਿਲੀ ਤੋਂ ਬਿਨਾ ਕਿੰਨਾ ਔਖਾ ਵਾ ਪਰ ਜਿੱਦਨ ਦੇ ਸਾਡੇ ਮਮ ਡੈਡ ਆਏ ਨੇ ਅਸੀਂ ਇਹ ਵੀ ਅਸੀਂ ਇੰਜੋਏ ਕਰਦੇ ਆ ਇਹ ਸਾਡੀ ਵੇਟ ਕਰਦੇ ਨੇ ਸ਼ਾਮ ਨੂੰ 5 ਵੇ ਤੱਕ ਵੀ ਚਾ ਫਿਰ ਪੀਣੀ ਆ ਸਾਰਾ ਪਰਿਵਾਰ ਇਕੱਠਾ ਹੋਏਗਾ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਬੀਬੀ ਜੀ ਕਿਦਾਂ ਰੈਡিয়ার ਬਜ਼ੁਰਗਾਂ ਲਈ ਕਿਵੇਂ ਆ ਤੁਸੀਂ ਦੱਸੋ ਜਰਾ ਮੱਚਾ ਮੈਨੂੰ ਬੇਦੀ ਰਬੀਓ ਕਰੀ ਕਿਦਾਂ ਬਹੁਤ ਵਧੀਆ ਬੇਟਾ ਬਹੁਤ ਵਧੀਆ ਹਾਂ ਬਹੁਤ ਚੰਗਾ ਹਾਂ ਕੋਈ ਜਣੀ ਸੀਲਿੰਗਾਂ ਬਣ ਗਈਆਂ ਹੁਣ ਨਹੀਂ ਸਾਡੇ ਤੇ ਹੈ ਨਹੀਂ ਹੋਰੇ ਆ ਸਾਰੇ ਘੋਰੇ ਆ ਹਾਂ ਦੇਰ ਲੱਗਿਆ ਪੁੱਤ ਬੱਚੇ ਐ ਤੇ ਸਾਡ ਦੇਰ ਲੱਗਣਾ ਹੀ ਹੈ ਅੱਛਾ ਕੋਈ ਚਾਹ ਪੱਤੀ ਲੌਂਗ ਲੈ ਚੀਆਂ ਮਿਲ ਜਾਂਦਾ ਸਾਰਾ ਕੁਝ ਹੋ ਜਾਂਦਾ ਬੇਟਾ ਸਭ ਕੁਝ ਮਿਲ ਜਾਂਦਾ ਹਾਂ ਬਣਣੀਆਂ ਬਣਣੀਆਂ ਹੁਣ ਪਿੰਨੀਆਂ ਵੀ ਮਿਲ ਜਾਂਦੀਆਂ ਬਣ ਜਾਂਦਾ ਮਿਲ ਜਾਂਦਾ ਸਰ ਹਾਂ ਅਲਸੀ ਮਿਲ ਜਾਂਦੀ ਆ ਠੀਕ ਆ ਜੀ ਤੁਹਾਡਾ ਕੀ ਹਾਲ ਚਾਲ ਆ ਜੀ ਹਾਂ ਬਹੁਤ ਵਧੀਆ ਜੀ ਮੈਂ ਰੈਡੀ ਵਿੱਚ ਰੈਡੀਅਰ ਵਿੱਚ ਦੋ ਤਿੰਨ ਵਰੀ ਆ ਚੁੱਕੇ ਆ ਠੀਕ ਆ ਜੀ ਤੇ ਮੇਰੇ ਬੇਟੇ ਵੀ ਇੱਥੇ ਹੀ ਆ ਠੀਕ ਆ ਜੀ ਨੋ ਆ ਪੁੱਤਰ ਪੁੱਤਰੀਆਂ ਸਭ ਇੱਥੇ ਹੀ ਆ ਤਾਂ ਮੈਂ ਬੈਤ ਖੁਸ਼ ਆ ਬਹੁਤ ਖੁਸ਼ ਆ ਬਾਹਰ ਘੁੰਮਣਾ ਫਿਰਨਾ ਆਉਣਾ ਜਾਣਾ ਸਾਰਾ ਮੈਨੂੰ ਬਿਲਕੁਲ ਠੀਕ ਲੱਗ ਰਿਹਾ ਹਾਂ ਪਰ ਪਿੰਡ ਵੀ ਆਪਣਾ ਬਹੁਤ ਜ਼ਿਆਦਾ ਹੁੰਦਾ ਉਹਨੂੰ ਹਾਂ ਪਿੰਡ ਸਾਰੇ ਜ਼ਿਆਦਾ ਹਾਂਜੀ ਚੇਤੇ ਆਉਂਦਾ ਹਾਂ ਹਾਂ ਜੀ ਤੁਹਾਡਾ ਪ੍ਰੋਗਰਾਮ ਵੀ ਬਹੁਤ ਵਧੀਆ ਹੈ ਡੇਲੀ ਰੋਜ਼ ਰਾਤ ਨੂੰ ਅਸੀਂ ਦੇਖਦੇ ਹਾਂ ਹਾਂਜੀ ਹਾਂਜੀ ਬਹੁਤ ਵਧੀਆ ਬੜਾ ਆਨੰਦ ਹੁੰਦਾ ਮੇਰਾ ਜੀਕਰੂ ਵੀ ਇਹਨੂੰ ਬੰਦ ਨਾ ਕੋਈ ਕਰੇ ਬਸ ਹਾਂਜੀ ਇਦਾਂ ਹੁੰਦਾ ਹਾਂਜੀ ਬਹੁਤ ਵਧੀਆ ਥੈਂਕ ਯੂ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਜੀ ਮੈਂ ਪਿੰਡੋਂ ਆ ਮੈਂ ਪੁੱਤ ਉਹ ਤੁਹਾਡੀ ਅੱਛਾ ਲਾਓ ਤਾਂ ਹਾਂਜੀ ਉਹਨੂੰ ਪਾ ਉਹ ਨਾ ਹੋਣਾ ਸੀ ਉਹ ਸਵੇਰੇ ਹੀ ਮੁਕਰ ਗਿਆ ਅੱਛਾ ਅੱਛਾ ਉਹ ਸਵੇਰੇ ਹੀ ਮੁਕਰਿਆ ਭਾਈ ਜੇ ਨਾ ਮੁਕਰਿਆ ਹੁੰਦੇ ਤੁਹਾਨੂੰ ਪਿੰਡ ਵਾਲੇ ਮળોਉਂਦੇ ਅੱਛਾ ਠੀਕ ਹੈ ਜੀ ਚਲੋ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ ਜੀ ਸ਼ੁਕਰੀਆ ਜੀ ਸਤ ਸੰਗ ਨਾਲ ਪੈ ਕਲਾਸ ਪੜ੍ਹਦੇ ਹਾਂ ਗ੍ਰੇਡ 6 ਗ੍ਰੇਡ 6 ਠੀਕ ਹੈ ਇੱਥੇ ਰੈਡੀਰ ਚੰਗਾ ਲੱਗਦਾ ਵਧੀਆ ਹਾਂਜੀ ਬਹੁਤ ਵਧੀਆ ਲੱਗਦਾ ਠੀਕ ਹੈ ਤੇ ਘਰੇ ਰੋਟੀ ਖਾਣਦੇ ਹੋ ਕਿ ਕੁਝ 버ਗਰ 버ਗਰ ਖਾਂਦੇ ਹੋ ਆ ਕੇ ਵੈਰੀ ਆ ਮੋਸਟਲੀ ਆਪਾਂ ਰੋਜ਼ ਰੋਟੀ ਖਾਂਦੇ ਹਾਂ ਪਰ ਲਾਈਕ ਸਮ ਸਪੈਸ਼ਲ ਡਿਸ਼ ਚ ਆਪਾਂ ਯੂ نو ਠੀਕ ਹੈ ਕੁਝ ਹੋਰ ਵੀ ਮਿਲ ਜਾਂਦਾ ਦਾਲ ਸਬ지 ਵਧੀਆ ਲੱਗਦੀ ਸਾਗ ਵੀ ਖਾਧਾ ਕਦੀ ਹਾਂਜੀ ਸਾਗ ਠੀਕ ਹੈ ਬਹੁਤ ਸ਼ੁਕਰੀਆ ਠੀਕ ਹੈ ਜੀ ਸ਼ੁਕਰੀਆ